ਜੀਤਵਿੰਦਰ ਸਿੰਘ ਸਿੱਧੂ ਨੂੰ ਲੈ ਕੇ ਉਹ ਪਾਰਟੀ ਛੱਡ ਕੇ ਗਏ ਨੇ ਤਲਵੰਡੀ ਸਾਬੋ ਤੋਂ, ਤੁਹਾਡੇ ਲਈ ਚੋਣ ਵੀ ਲੜੀ ਆ ਅਕਾਲੀ ਦਲ ਲਈ, ਚਾਰ ਵਾਰ ਉਹ ਵਿਧਾਇਕ ਵੀ ਰਹੇ ਨੇ, ਕੀ ਮਜਬੂਰੀ ਕੀ ਕਾਰਨ ਰਿਹਾ? ਨੋਟ ਸੀਗਾ ਜਾਂ ਜਿਹੜਾ ਉਹ ਕਾਰਨ ਦੱਸੋ ਨੋਟਿਸ ਸੀਗਾ, ਉਹ ਤੁਹਾਡੇ ਵੱਲੋਂ ਨਹੀਂ ਭੇਜਿਆ ਗਿਆ, ਉਹ ਸਿੱਧਾ ਪ੍ਰੈਸ ਨੂੰ ਹੀ ਦਿੱਤਾ ਗਿਆ, ਉਹਦਾ ਕੋਈ ਕਾਰਨ? ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇੱਕ ਸੱਦਾ ਪੱਤਰ ਦਿੱਤਾ ਗਾ, ਖਾਸ ਕਰਕੇ ਟਵੀਟ ਕੀਤੇ ਉਹਨਾਂ ਨੇ ਦੋ, ਫਿਰ ਫੇਸਬੁੱਕ ਦੇ ਉੱਤੇ ਆਪਣੀ ਵਾਲ ਦੇ ਉੱਤੇ ਲਿਖਿਆ। 1 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਣਾ ਚਾਹੀਦਾ ਕਿ ਨਹੀਂ? ਉੱਚੇ ਸਦਨ ਦਾ ਕੰਮ ਆ ਮਿਣੋ ਮਿਣੀ ਹੋਣ ਵਾਲਾ ਕੰਮ, ਉਹਦੇ ਨਾਲ ਤਾਂ ਪੇਕੀ ਸਾਹਮਣਾ ਹੋਰ ਖਰਾਬ ਹੋਊਗਾ ਪੰਜਾਬ ਦਾ। ਕੀ ਵੇਖਣਗੇ ਲੋਕ ਬਾਹਰ ਲਿਆ ਆਪਾਂ ਨੂੰ ਵੀ ਆਹ ਕੀ ਕਰੀ ਜਾਂਦੇ ਆ, ਇਹ ਪੰਜਾਬ ਦਾ ਕੇਸ ਲੜਦੇ ਆਪ ਦੀ ਦਾੜੀਆਂ ਪੜਦੇ ਇੱਕ ਦੂਜੇ ਦੀਆਂ। ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਓਬਰਾਏ ਹੋਟਲ ਦੀ ਜਮ੍ਹਾਂਬੰਦੀ ਦਿਖਾਵਾਂਗੇ, ਫਰਦ ਲੈ ਕੇ ਆਵਾਂਗੇ, ਪਿਛਲੇ ਅਸੀਂ ਤਾਂ ਕਾਰਨਾਮੇ ਦੱਸਣੇ ਆ ਲੋਕਾਂ ਨੂੰ, ਸੀਸਾ ਦਿਖਾਉਣਾ। ਇਹ ਕਾਰਨਾਮੇ ਫਿਰ ਉਹੀ ਗੱਲ ਆ ਗਈ ਨਾ, ਫਿਰ ਉਹ ਤਾਂ ਪੰਜਾਬ ਦੇ ਪਾਣੀਆਂ ਨਾਲ ਤਾਂ ਕੋਈ ਹਿੱਤ ਨਹੀਂ ਨਾ। ਅਕਾਲੀ ਦਲ ਦੇ ਲੀਡਰ ਕੋਈ ਕੁਰਬਾਨੀ ਦੇਣ ਨੂੰ ਤਿਆਰ ਆ, ਖਾਸ ਕਰਕੇ ਜੇ ਪੂਰਾ ਸਟੈਂਡ ਹੀ ਲੈਣਾ ਪੈਗਾ, ਕਿਉਂਕਿ ਪਾਣੀ ਵਾਲਾ ਮਸਲਾ SYL ਨੂੰ ਲੈ ਕੇ? ਨਹੀਂ, ਅਕਾਲੀ ਦਲ ਦੇ ਇਕੱਲੇ ਤੇ ਤੁਸੀਂ ਕਿਉਂ ਜ਼ਿੰਮੇਵਾਰੀ ਪਾਉਂਦੇ, ਸਾਰੇ ਪੰਜਾਬ ਦੇ ਲੋਕਾਂ ਦੀ ਡਿਊਟੀ ਨਹੀਂ? 90 ਤੋਂ ਬਾਅਦ 3 ਵਾਰ ਅਕਾਲੀ ਦਲ ਦੀ ਸਰਕਾਰ ਵੀ ਰਹਿੰਦੀ ਹੈ, ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਹੀ SYL ਦਾ ਮਸਲਾ ਸੋਲਵ ਕਰ ਲੈਣਾ ਚਾਹੀਦਾ ਸੀਗਾ? ਡਿਵੈਲਪਮੈਂਟ ਅਕਾਲੀ ਦਲ ਨੇ ਕਰਾਈ ਆ ਪੰਜਾਬ 'ਚ, ਪਰ ਮੂਲ ਸਿਧਾਂਤਾਂ ਤੋਂ ਵੀ ਅਕਾਲੀ ਦਲ ਪਾਸੇ ਹੋਇਆ, ਧਾਰਮਿਕ ਮਸਲਿਆਂ ਕਰਕੇ, ਹੋਰ ਬਹੁਤ ਸਾਰੇ ਮਸਲਿਆਂ ਕਰਕੇ। ਤੁਹਾਡਾ ਤਾਂ ਬਿਆਨ ਵੀ ਆਇਆ, ਤਿੰਦੂ ਮਾਜਰਾ ਸਾਹਿਬ ਦਾ ਬਿਆਨ ਆਇਆ, ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਵੀ ਅਸੀਂ ਇੱਕ ਵੋਟ ਇੱਕ ਨੇਸ਼ਨ ਉਹਦੇ 'ਤੇ ਅਸੀਂ ਸਹਿਮਤ ਆ ਵੀ ਠੀਕ ਆ, ਪੈਸੇ ਦੀ ਬੱਚਤ ਹੋਊਗੀ। ਤੁਹਾਨੂੰ ਲੱਗਦਾ ਨਹੀਂ ਵੀ ਮੂਲ ਸਿਧਾਂਤਾਂ ਤੋਂ ਵੱਧ ਅਧਿਕਾਰਾਂ ਤੋਂ ਅਸੀਂ ਥਿੜਕ ਕੇ ਪਾਸੇ ਹੋ? ਜੇ ਤਾਮਿਲਨਾਡੂ ਵਾਲੇ ਮੰਗਦੇ ਵੱਧ ਅਧਿਕਾਰ ਤਾਂ ਕੋਈ ਰੌਲਾ ਨਹੀਂ, ਜੇ ਬੰਗਾਲ ਵਾਲੇ ਮੰਗਦੇ ਤਾਂ ਕੋਈ ਰੌਲਾ ਨਹੀਂ, ਜੇ ਅਸਾਮ ਵਾਲੇ ਮੰਗਦੇ ਤਾਂ ਕੋਈ ਰੌਲਾ ਨਹੀਂ, ਜੇ ਅਸੀਂ ਮੰਗਦੇ ਤਾਂ ਕਹਿੰਦੇ ਤਾਂ ਜੱਟ ਹੋਣਾ ਚਾਹੁੰਦੇ ਜੀ, ਸਾਡੇ ਤਾਂ ਦੂਜਾ ਤੁਮ ਤਲਾ ਦੇ। ਅਕਾਲੀ ਦਲ ਦੇ ਲੀਡਰ ਦੁੱਖ ਨਹੀਂ ਭੋਗਣਾ ਚਾਹੁੰਦੇ, ਸੁੱਖ 'ਚ ਹੀ ਰਹਿਣਾ ਚਾਹੁੰਦੇ ਆ। ਸੁੱਖ 'ਚ ਕਿਵੇਂ ਰਹਿਣਗੇ? ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕਹਿੰਦੇ ਪਾਸੇ ਰਹੇ ਸੀ ਗੱਦੀ ਤੋਂ, ਪਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਟੀਮ ਆ ਉਹ ਦੁੱਖ ਨਹੀਂ ਚੱਲਣਾ ਚਾਹੁੰਦੇ। 2024 'ਚ ਤੁਹਾਨੂੰ BJP ਨਾਲ ਸਮਝੌਤਾ ਕਰਨਾ ਚਾਹੀਦਾ ਕਿ ਨਹੀਂ? ਅੱਜ ਸਿਕੰਦਰ ਸਿੰਘ ਮਲੂਕਾ ਕੀ ਕਹਿੰਦੇ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਾਂਗੇ, ਖਾਸ ਕਰਕੇ ਗੱਲ ਕਰਾਂਗੇ ਜਿਹੜਾ 1 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇੱਕ ਸੱਦਾ ਦਿੱਤਾ ਗਾ ਸਾਰੀ ਪਾਰਟੀ ਦੇ ਪ੍ਰਧਾਨਾਂ ਨੂੰ, ਅਤੇ ਦੂਜੇ ਪਾਸੇ SYL ਨੂੰ ਲੈ ਕੇ ਬਹੁਤ ਚਰਚਾ ਵੱਧ ਗਈ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਗਿਆ ਗਾ, ਉਸ ਬਾਰੇ ਵੀ ਗੱਲਬਾਤ ਕਰਾਂਗੇ, ਅਤੇ ਖਾਸ ਤੌਰ ਦੇ ਉੱਤੇ ਗੱਲਬਾਤ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਕੀ ਕੁਛ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈਗਾ। ਪਰ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਦੇ ਵਿੱਚੋਂ ਇੱਕ ਵੱਡਾ ਚਿਹਰਾ ਜੀਤਵਿੰਦਰ ਸਿੰਘ ਸਿੱਧੂ ਉਹ ਪਾਰਟੀ ਤੋਂ ਬਾਹਰ ਹੋ ਜਾਂਦੇ ਨੇ, ਪਹਿਲਾਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ, ਫਿਰ ਉਹ ਖੁਦ ਪਾਰਟੀ ਨੂੰ ਛੱਡ ਜਾਂਦੇ ਨੇ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਿਕੰਦਰ ਸਿੰਘ ਮਲੂਕਾ। ਮਲੂਕਾ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਧਾਲੀਵਾਲ ਸਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਲੂਕਾ, ਸਭ ਤੋਂ ਪਹਿਲਾਂ ਸਵਾਲ ਤਾਂ ਜੀਤਵਿੰਦਰ ਸਿੰਘ ਸਿੱਧੂ ਨੂੰ ਲੈ ਕੇ, ਉਹ ਪਾਰਟੀ ਛੱਡ ਕੇ ਗਏ ਨੇ ਤਲਵੰਡੀ ਸਾਬੋ ਤੋਂ, ਤੁਹਾਡੇ ਲਈ ਚੋਣ ਵੀ ਲੜੀ ਆ ਅਕਾਲੀ ਦਲ ਲਈ, ਚਾਰ ਵਾਰ ਉਹ ਵਿਧਾਇਕ ਵੀ ਰਹੇ ਨੇ, ਕੀ ਮਜਬੂਰੀ ਕੀ ਕਾਰਨ ਰਿਹਾ? ਕਿਉਂਕਿ ਉਹਨਾਂ ਵੱਲੋਂ ਜੋ ਆਰੋਪ ਲਾਏ ਗਏ ਨੇ ਉਹ ਬੜੇ ਉਹ ਹੋਣੇ, ਅਨੁਸ਼ਾਸਨੀ ਕਮੇਟੀ ਨੂੰ ਲੈ ਕੇ ਵੀ ਮੈਨੂੰ ਪੁੱਛਿਆ ਨਹੀਂ ਗਿਆ ਜਾਂ ਉਹੋ ਜਿਹੀ ਚੀਜ਼ ਨਹੀਂ ਹੋਈ, ਤੁਸੀਂ ਅਨੁਸ਼ਾਸਨੀ ਕਮੇਟੀ ਦੇ ਹੈੱਡ ਹੋ। ਨਹੀਂ, ਉਹ ਐਂ ਹੁੰਦਾ ਵੀ ਜਦੋਂ ਕੋਈ ਕੰਪਲੇਂਟ ਆ ਜਾਂਦੀ ਹੈ ਨਾ ਸਾਡੇ ਕੋਲ, ਕਿਸੇ ਦੀ ਆ ਜਾਵੇ, ਭਾਵੇਂ ਇੱਕ ਬੰਦੇ ਦੀ ਆ ਜਾਵੇ ਭਾਵੇਂ 10 ਦੀ, ਉੱਥੇ ਤਾਂ 200 ਬੰਦੇ ਦੀ ਕੰਪਲੇਂਟ ਸੀਗੀ, ਉਹ ਸਾਨੂੰ ਪੁੱਛਣਾ ਪੈਂਦਾ ਫਿਰ ਲਿਖਤੀ ਰੂਪ ਦੇ ਵਿੱਚ ਵੀ ਇਹਦੇ 'ਤੇ ਆਹ ਤੁਹਾਡੇ 'ਤੇ ਦੋਸ਼ ਲੱਗੇ, ਤੁਸੀਂ ਇਹਦਾ ਜਵਾਬ ਦਿਓ। ਉਹ ਨੋਟਿਸ ਦਾ ਮਤਲਬ ਇਹੀ ਹੁੰਦਾ, ਜਵਾਬ ਦੇਣਾ ਮੰਗਣਾ ਹੀ ਉਹਨਾਂ ਦਾ, ਅਤੇ ਜੇ ਬੰਦੇ ਨੇ ਸਾਫ਼ ਨੀਤੀ ਹੁੰਦੀ ਉਹਨੂੰ ਦਲੇਰੀ ਨਾਲ ਜਵਾਬ ਦੇਣਾ ਚਾਹੀਦਾ ਵੀ ਇਹ ਝੂਠੇ ਆ ਸਾਰੇ ਜਿਹੜੇ ਲਾਏ ਆ, ਮੇਰਾ ਕੋਈ ਮਤਲਬ ਨਹੀਂ ਹੈਗਾ ਇਸ ਗੱਲ ਦਾ, ਇਹ ਸੱਦੋ ਤੁਸੀਂ ਇਹਨਾਂ ਨੂੰ। ਸੋ ਉਹਨਾਂ ਨੇ ਉਲਟਾ ਆਪੇ ਹੀ ਗੱਲ ਸਾਬਤ ਕਰਤੀ ਕਿ ਦੋਸ਼ਾਂ ਦਾ ਸਾਹਮਣਾ ਕਰਨ ਦੀ ਬਜਾਏ ਅਸਤੀਫਾ ਦੇ ਕੇ ਦੂਜੀ ਪਾਰਟੀ ਚਲੇ ਗਏ, ਉਹ ਤਾਂ ਆਪ ਹੀ ਸਾਬਤ ਕਰਤਾ ਉਹਨਾਂ ਨੇ ਵੀ ਉਹਨਾਂ ਦੀ ਪਾਰਟੀ 'ਚ ਰਹਿਣ ਦੀ ਰੁਚੀ ਹੈ ਨਹੀਂ ਸੀ। ਜੀ, ਜਿਵੇਂ ਉਹਨਾਂ ਨੇ ਜੀ ਪ੍ਰੈਸ ਕਾਨਫਰੰਸ ਕੀਤਾ, ਉੱਥੇ ਕਾਫੀ ਵਰਕਰ ਸੀਗੇ, ਸੁਭਾਵਿਕ ਤੌਰ 'ਤੇ ਆ ਵੀ ਉਹ ਜੀਤਵਿੰਦਰ ਸਿੰਘ ਸਿੱਧੂ ਦੇ ਨਾਲ ਸੀ, ਅਕਾਲੀ ਦਲ 'ਚ ਵੀ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਨੋਟ ਸੀਗਾ ਜਾਂ ਜਿਹੜਾ ਉਹ ਕਾਰਨ ਦੱਸੋ ਨੋਟਿਸ ਸੀਗਾ ਉਹ ਤੁਹਾਡੇ ਵੱਲੋਂ ਨਹੀਂ ਭੇਜਿਆ ਗਿਆ, ਉਹ ਸਿੱਧਾ ਪ੍ਰੈਸ ਨੂੰ ਹੀ ਦਿੱਤਾ ਗਿਆ, ਉਹਦਾ ਕੋਈ ਕਾਰਨ? ਨਹੀਂ, ਨੋਟਿਸ ਤਾਂ ਸਾਰੇ ਸਾਡੇ ਵੱਲੋਂ ਹੀ ਜਾਂਦੇ ਆ, ਮੇਰੇ ਦਸਖਤ ਆ ਉਹਦੇ 'ਤੇ, ਮੈਨੂੰ ਵੀ ਕਾਪੀ ਆ ਮੇਰੇ ਕੋਲ ਹੈਗੀ ਆ, ਉਹ ਨਹੀਂ ਹੈਗਾ ਦਸਖਤ ਤਾਂ ਦਫ਼ਤਰੋਂ ਜਾਂਦਾ ਹੁੰਦਾ ਪਾਰਟੀ ਦਿਓ ਜਾਂਦਾ, ਉਹਨੂੰ ਵੀ ਕੈਂਡੀਡੇਟ ਨੂੰ ਜਾਂਦਾ ਹੁੰਦਾ, ਉਹ ਤਾਂ ਐਵੇਂ ਮਗਰੋਂ ਤਾਂ ਫਿਰ ਬੰਦਾ ਦੇਖੋ ਬਹਾਨੇ ਬਣਾ ਲੈਂਦਾ ਜਦੋਂ ਜਾਣਾ ਹੁੰਦਾ, ਜਿੰਨਾ ਚਿਰ ਰਹਿੰਦਾ ਪਾਰਟੀ 'ਚ ਠੀਕ ਠਾਕ ਹੁੰਦਾ। ਉਹ ਤਾਂ ਕਾਫੀ ਚਿਰ ਦੀਆਂ ਸਰਗਰਮੀਆਂ ਸਿੱਧੂ ਸਾਹਿਬ ਦੀਆਂ ਪਾਰਟੀ ਵਿਰੋਧੀ ਵਿਡੀਆਂ ਹੋਈਆਂ ਸੀ,
ਉਹ ਮੀਟਿੰਗਾਂ ਮਾਟਿੰਗਾਂ 'ਚ ਵੀ ਨਹੀਂ ਆਉਂਦਾ ਸੀ ਹੁਣ ਪਾਰਟੀ ਦੀਆਂ 'ਚ, ਨਾ ਕੋਈ ਉੱਥੇ ਵੀ ਬਾਹਰ ਸਿਮਰ ਦਾ ਕੋਈ ਪ੍ਰੋਗਰਾਮ ਨਹੀਂ ਸੀ ਕਰਾਉਂਦਾ ਆਪਦੇ ਹਲਕੇ ਦੇ ਵਿੱਚ, ਅਤੇ ਮੀਟਿੰਗਾਂ 'ਚ ਵੀ ਜਾਂਦਾ ਨਹੀਂ ਸੀ ਆਪਣੀ ਜਿਹੜੀਆਂ ਹੁੰਦੀਆਂ ਸੀ। ਸੋ ਤਿੰਨ ਕੁ ਮਹੀਨਿਆਂ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀ 15-20 ਬੰਦਿਆਂ ਦੀ ਆਪਦੇ ਘਰੇ, ਉੱਥੇ ਵੀ ਉਹਨੇ ਦੱਸਤਾ ਸੀ ਉੱਥੇ ਮੀਟਿੰਗ ਦੇ ਵਿੱਚ ਕਿ ਮੈਂ ਹੁਣ ਰਹਿਣਾ ਨਹੀਂ ਗਿਆ, ਮੇਰਾ ਇੱਥੇ ਠੀਕ ਨਹੀਂ ਬੈਠਦਾ ਅਤੇ ਮੈਂ ਕਾਂਗਰਸ 'ਚ ਵਾਪਸ ਜਾਣਾ ਚਾਹੁੰਦਾ। ਉਦੋਂ ਵੀ ਮੈਨੂੰ ਵਿੱਚੋਂ ਬੰਦਿਆਂ ਨੇ ਦੱਸਤਾ ਸੀ ਵੀ ਇਹ ਤਾਂ ਜਾਊਗਾ ਕਾਂਗਰਸ ਦੇ ਵਿੱਚ, ਅਤੇ ਮੈਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਦੱਸਤਾ ਸੀ। ਬਾਕੀ ਉਹਦੀ ਮਰਜ਼ੀ ਹੈ, ਅਗਲੇ ਦੀ ਉਹ ਤਾਂ ਜਵਾਬ ਉਹੀ ਦੇ ਸਕਦਾ ਵੀ ਕੀ ਕਾਰਨ ਹੈ, ਪਰ ਮੇਰੀ ਸਮਝ 'ਚ ਚਲੋ ਜਿੰਨਾ ਚਿਰ ਕੋਈ ਬੰਦਾ ਪਾਰਟੀ 'ਚ ਰਹਿੰਦਾ ਠੀਕ ਹੈ, ਇਹ ਫਿਰ ਜਾਣ ਵੇਲੇ ਐਵੇਂ ਕਹਿਣਾ ਆਉਂ ਹੈ ਜਾਂ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਪਾਰਟੀ ਜਿੰਨਾ ਚਿਰ ਰਹਿ ਗਏ ਠੀਕ ਹੈ, 14 'ਚ ਸਾਡੀ ਪਾਰਟੀ 'ਚ ਆਏ ਸੀਗੇ, ਉਸ ਤੋਂ ਬਾਅਦ ਫਿਰ ਪਹਿਲਾਂ ਵੀ ਅਕਾਲੀ ਦਲ 'ਚ ਸੀ ਸ਼ੁਰੂ 'ਚ, ਫਿਰ ਉਹ ਆਜ਼ਾਦ ਲੜ ਲਏ, ਫਿਰ ਕਾਂਗਰਸ ਚਲੇ ਗਏ, ਫਿਰ ਅਕਾਲੀ ਦਲ 'ਚ ਆ ਗਏ, ਹੁਣ ਫਿਰ ਚਲੇ ਗਏ, ਉਹਨਾਂ ਦੀ ਮਰਜ਼ੀ, ਆਪਾਂ ਉਹਦੇ 'ਚ ਕੁਛ ਨਹੀਂ ਕਹਿ ਸਕਦੇ। ਬਠਿੰਡਾ ਲੋਕ ਸਭਾ ਸੀਟ ਨੂੰ ਬਹੁਤ ਹੌਟ ਮੰਨਿਆ ਜਾਂਦਾ, ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਢਾਹ ਲੱਗੂਗੀ? ਜਿਵੇਂ ਉਹਨਾਂ ਨੇ ਇਹ ਵੀ ਕਿਹਾ ਵੀ 12,000 ਮੈਂ ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ਼ ਵੀ ਬਾਜੀ ਖੜ੍ਹੇ ਹੋਏ ਸੀ ਉਦੋਂ 12,000 ਦੀ ਲੀਡ ਸੀ ਤਲਵੰਡੀ ਸਾਬੋ, ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਹੋਰ ਕੋਈ ਲੀਡਰ ਤੁਹਾਡੇ ਕੋਲ ਹੈਗਾ ਤਲਵੰਡੀ ਸਾਬੋ 'ਚ? ਨਹੀਂ, ਉਨੀ ਲੀਡ ਨਹੀਂ ਸੀ 12,000 ਦੀ, ਪਿਛਲੀ ਕਿੰਨੀ ਸੀਗੀ ਦੱਸੋ, ਕੋਈ ਪੁੱਛ ਕੇ ਪੁੱਛ ਲਿਓ 19 'ਚ ਕਿੰਨੀ ਸੀ। ਸੋ ਇਹ ਤਾਂ ਲੀਡ, ਇਹ ਤਾਂ ਵਰਕਰਾਂ ਦੀ ਲੀਡ ਹੁੰਦੀ ਹੈ। ਜੇ ਮੈਂ ਕਹਾਂ ਮੇਰੀ ਲੀਡ ਹੈ, ਮੇਰੀ ਲੀਡ ਨਹੀਂ ਹੁੰਦੀ, ਹਲਕੇ ਦੇ ਵਰਕਰਾਂ ਦੀ ਲੀਡ ਹੀ ਹੁੰਦੀ ਹੈ। ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹ ਤਾਂ ਅਕਾਲੀ ਦਲ 'ਚ ਹੀ ਰਹਿਣਗੇ, ਨਾ ਉਹਦੇ ਨਾਲ ਕਾਂਗਰਸ 'ਚੋਂ ਵਰਕਰ ਸਾਡੇ 'ਚ ਆਏ ਸੀ ਅਤੇ ਨਾ ਹੁਣ ਸਾਡੇ 'ਚ ਉੱਧਰ ਗਏ ਆ, ਉਹ ਸਾਡੇ ਨਾਲ ਹੀ ਰਹਿਣਗੇ, ਉਹ ਇਕੱਲਾ ਹੀ ਜਾਊਗਾ, ਇਕੱਲਾ ਹੀ ਆਇਆ ਸੀ ਉਹ। ਸੋ ਲੀਡਰ ਐਵੇਂ ਇੱਕ ਦੋ ਵਰਕਰ ਜਿਹੜੇ ਨਿੱਜੀ ਹੁੰਦੇ ਆਪਣੇ, ਉਹ ਵੱਖਰੀ ਗੱਲ ਹੁੰਦੀ ਹੈ, ਨਹੀਂ ਬੰਦੇ ਨਹੀਂ ਜਾਂਦੇ ਨਾਲ ਕਿਸੇ ਦੇ ਵੀ, ਬੰਦੇ ਤਾਂ ਪਾਰਟੀ 'ਚ ਰਹਿੰਦੇ ਹੁੰਦੇ ਆ, ਲੀਡਰ ਹੀ ਇਕੱਲਾ ਜਾਂਦਾ ਹੁੰਦਾ ਅਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੀ ਅਕਾਲੀ ਦਲ ਦੀ ਵੋਟ ਹੈ, ਚਾਹੇ ਜੀਤਮਿੰਦਰ ਅਕਾਲੀ ਦਲ 'ਚ ਰਹੇ ਚਾਹੇ ਕਾਂਗਰਸ 'ਚ ਰਹੇ, ਉਹ ਅਕਾਲੀ ਦਲ ਦੀ ਵੋਟ ਤਾਂ ਅਕਾਲੀ ਦਲ ਨੂੰ ਪੈਣੀ ਹੀ ਪੈਣੀ ਹੈ। ਅਤੇ ਮੁੱਖ ਮੰਤਰੀ ਸਾਹਿਬ, ਉਹਨਾਂ ਨੇ ਇੱਕ ਸੱਦਾ ਪੱਤਰ ਦਿੱਤਾ ਗਾ, ਖਾਸ ਕਰਕੇ ਟਵੀਟ ਕੀਤੇ ਆ ਉਹਨਾਂ ਨੇ ਦੋ, ਫਿਰ ਫੇਸਬੁੱਕ ਦੇ ਉੱਤੇ ਆਪਣੀ ਵਾਲ ਦੇ ਉੱਤੇ ਲਿਖਿਆ, ਤੁਸੀਂ ਉਸ ਨੂੰ ਕਿਵੇਂ ਦੇਖ ਰਹੇ ਹੋ? 1 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਣਾ ਚਾਹੀਦਾ ਕਿ ਨਹੀਂ? ਵੇਖੋ, ਮੈਂ ਕੱਲ੍ਹ ਵੀ ਕਿਹਾ ਨਹੀਂ ਜਾਣਾ ਚਾਹੀਦਾ, ਅੱਜ ਵੀ ਕਹਿੰਦਾ ਨਹੀਂ ਜਾਣਾ ਚਾਹੀਦਾ, ਉਹ ਜਾਣ ਵਾਲਾ ਸੱਦਾ ਹੀ ਨਹੀਂ ਹੈਗਾ। ਹਮੇਸ਼ਾ ਜਿਹੜੀ ਗੌਰਮੈਂਟ ਹੁੰਦੀ ਹੈ ਉਹਦੀ ਡਿਊਟੀ ਜ਼ਿਆਦਾ ਹੁੰਦੀ ਹੈ, ਦੂਜਿਆਂ ਦੀ ਵੀ ਓਨੀ ਡਿਊਟੀ ਹੁੰਦੀ ਹੈ। ਜਿਵੇਂ ਹੁਣ ਇਜ਼ਰਾਈਲ ਦੀ ਲੜਾਈ ਲੱਗੀ ਹੈ ਉੱਥੇ, ਜੀ ਗੌਰਮੈਂਟ ਨੇ ਉੱਥੋਂ ਦੀ ਨੇ ਸੱਦਾ ਦਿੱਤਾ ਸਾਰੀਆਂ ਵਿਰੋਧੀਆਂ ਪਾਰਟੀਆਂ ਨੂੰ ਵੀ ਹੁਣ ਦੇਸ਼ ਦੀ ਲੜਾਈ ਲੜਦੇ ਹਾਂ ਆਪਾਂ, ਆਓ ਸਾਰੇ ਇਕੱਠੇ ਹੋ ਕੇ ਲੜੀਏ, ਅਤੇ ਸਾਰੇ ਇਕੱਠੇ ਹੋ ਗਏ ਉੱਥੇ। ਇਵੇਂ ਜਿਹੜੀ ਗੌਰਮੈਂਟ ਕਿਸੇ ਦੀ ਹੋਵੇ, ਪਹਿਲਾਂ ਆਪਣੀ ਗੌਰਮੈਂਟ ਹੁੰਦੀ ਸੀ, ਬਾਲ ਸਾਹਿਬ ਆਲ ਪਾਰਟੀ ਮੀਟਿੰਗ ਸਾਡੇ ਹੁੰਦੇ ਸੀ ਜਦੋਂ ਕੋਈ ਇਹੋ ਜਿਹਾ ਮਸਲਾ ਖੜਾ ਹੋ ਜਾਂਦਾ ਸੀ, ਫਿਰ ਕੈਪਟਨ ਦੇ ਵੇਲੇ ਵੀ ਇਹ ਸਥਿਤੀ ਪੈਦਾ ਹੋਈ, ਕੈਪਟਨ ਸਾਹਿਬ ਨੇ ਵੀ ਆਲ ਪਾਰਟੀ ਮੀਟਿੰਗ 2 ਵਾਰੀ ਸੱਦੀ। ਹੁਣ ਇਹਨਾਂ ਦੀ ਵੀ ਡਿਊਟੀ ਤਾਂ ਇਹ ਬਣਦੀ ਹੁੰਦੀ ਹੈ ਕਿ ਇੱਜ਼ਤ ਨਾਲ ਆਰਟੀ ਪਾਰਟੀ ਆਰ ਪਾਰਟੀ ਮੀਟਿੰਗ ਸੱਦੀਏ, ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ। ਜਿਹੜਾ ਮਿਹਣੋ ਮਿਹਣੀ ਹੋਣ ਵਾਲਾ ਕੰਮ ਹੈ, ਉੱਥੇ ਸੱਦਣ ਦਾ ਕੰਮ ਹੈ, ਮਿਹਣੋ ਮਿਹਣੀ ਹੋਣ ਵਾਲਾ ਕੰਮ, ਉਹਦੇ ਨਾਲ ਤਾਂ ਪੇਕੀਏ ਸਾਪਣਾ ਹੋਰ ਖਰਾਬ ਹੋਊਗਾ ਪੰਜਾਬ ਦਾ। ਕੀ ਵੇਖਣਗੇ ਲੋਕ ਬਾਹਰ ਲਿਆ ਆਪਾਂ ਨੂੰ ਵੀ ਆਹ ਕੀ ਕਰੀ ਜਾਂਦੇ ਆ, ਇਹ ਪੰਜਾਬ ਦਾ ਕੇਸ ਲੜਦੇ ਆ, ਆਪਸ ਦੀ ਦਾੜੀਆਂ ਪੜਦੇ ਇੱਕ ਦੂਜੇ ਦੀਆਂ। ਸੋ ਇਹ ਪੰਜਾਬ ਦਾ ਮਸਲਾ, ਇਹ ਕਿਸੇ ਦਾ ਜਾਤੀ ਮਸਲਾ ਨਹੀਂ, ਇਹਦੇ 'ਚ ਸਾਰਿਆਂ ਦਾ ਨੁਕਸਾਨ ਆ ਅਤੇ ਸਾਰਿਆਂ ਦਾ ਫਾਇਦਾ ਹੈ। ਇਹ ਸਾਰਿਆਂ ਨੂੰ ਇਕੱਠੇ ਹੋ ਕੇ ਨਾ, ਇਕੱਲਾ 3-4 ਪਾਰਟੀਆਂ ਨੇ, ਦੂਜੀਆਂ ਕਮਿਊਨਿਸਟ ਪਾਰਟੀਆਂ ਵੀ, ਕਿਸਾਨ ਯੂਨੀਅਨਾਂ ਵੀ, ਹੋਰ ਵੀ ਜਿਹੜੇ ਹਮਦਰਦ ਆ ਪੰਜਾਬ ਦੇ, ਸਾਰਿਆਂ ਨੂੰ ਆਲ ਪਾਰਟੀ ਮੀਟਿੰਗ ਸੱਦ ਕੇ ਸਾਰਿਆਂ ਨੂੰ ਸਾਂਝਾ ਕੇਸ ਲੜਨਾ ਚਾਹੀਦਾ ਦਿੱਲੀ ਦੇ ਖਿਲਾਫ਼। ਉਹ ਤਾਂ ਇਹ ਲੜਿਆ ਜਾਊਗਾ, ਇਕੱਲਾ ਨਾ ਭਗਵੰਤ ਮਾਨ ਲੜ ਸਕੇ, ਨਾ ਕੋਈ ਹੋਰ ਲੜ ਸਕੇ, ਨਹੀਂ ਤਾਂ ਇਹਦੇ ਨਾਲ ਪੰਜਾਬ ਦਾ ਅੱਗੇ ਬਹੁਤ ਵੱਡਾ ਨੁਕਸਾਨ ਹੋਇਆ, ਹੋਰ ਨੁਕਸਾਨ ਹੋਏਗਾ। ਸੋ ਜੇ ਸਹੀ ਹੈ, ਮੁੱਖ ਮੰਤਰੀ ਦੀ ਨੀਅਤ ਸਾਫ਼ ਹੈ, ਉਹਨੂੰ ਆਰ ਪਾਰਟੀ ਮੀਟਿੰਗ ਤੁਰਤ ਸੱਦਣੀ ਚਾਹੀਦੀ ਹੈ, ਉੱਥੇ ਸਰਬਸੰਮਤੀ ਨਾਲ ਬੈਠ ਕੇ ਜਿਹੜਾ ਕਿ ਪੰਜਾਬ ਨਾਲ ਧੱਕੇ ਹੋ ਰਹੇ ਆ ਉਹਨਾਂ ਦਾ ਰੈਜੂਲੇਸ਼ਨ ਕਰਨ, ਉਹਦੇ 'ਤੇ ਫੈਸਲਾ ਕਰਨ ਕਿ ਅਸੀਂ ਸਾਰੇ ਇਕੱਠੇ ਹਾਂ, ਇਕੱਠੇ ਹੋ ਕੇ ਲੜਾਈ ਲੜਾਂਗੇ ਜੇ ਪੰਜਾਬ ਨਾਲ ਧੱਕਾ ਕੀਤਾ। ਇਹਦੇ ਨਾਲ ਵੇਖ ਲਓ, ਪੰਜਾਬ ਦਾ ਵੀ ਨੁਕਸਾਨ ਹੋਏਗਾ, ਦੇਸ਼ ਦਾ ਵੀ ਹੋਏਗਾ। ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਓਬਰਾਏ ਹੋਟਲ ਦੀ ਜਮ੍ਹਾਂਬੰਦੀ ਦਿਖਾਵਾਂਗੇ, ਫਰਦ ਲੈ ਕੇ ਆਵਾਂਗੇ, ਪਿਛਲੇ ਅਸੀਂ ਤਾਂ ਕਾਰਨਾਮੇ ਦੱਸਣੇ ਆ ਲੋਕਾਂ ਨੂੰ, ਸੀਸਾ ਦਿਖਾਉਣਾ। ਇਹ ਕਾਰਨਾਮੇ ਫਿਰ ਉਹੀ ਗੱਲ ਆ ਗਈ ਨਾ, ਫਿਰ ਉਹ ਤਾਂ ਪੰਜਾਬ ਦੇ ਪਾਣੀਆਂ ਨਾਲ ਤਾਂ ਕੋਈ ਹਿੱਤ ਨਹੀਂ ਨਾ, ਉਹਦਾ ਤਾਂ ਭੰਡਣ ਦਾ ਹਿੱਤ ਹੈ ਇੱਕ ਦੂਜੇ ਨੂੰ, ਪਾਣੀਆਂ ਦਾ ਤਾਂ ਹਿੱਤ ਨਹੀਂ, ਅਵਰਾਜ ਦਾ ਕੀ ਸੰਬੰਧ ਆ ਪਾਣੀਆਂ ਨਾਲ, ਜਾਂ ਹੋਰ ਚੀਜ਼ਾਂ ਦਾ ਕੀ ਸੰਬੰਧ ਆ ਪਾਣੀਆਂ ਨਾਲ। ਉਹ ਪਾਣੀ ਵਾਲਾ ਕੇਸ ਅਸੀਂ ਪਾਣੀਆਂ ਦਾ ਲੜੀਏ, ਇਹ ਜਿਹੜੀਆਂ ਹੁੰਦੀਆਂ ਇਹ ਪੋਲੀਟੀਕਲ ਡਿਬੇਟਾਂ ਹੁੰਦੀਆਂ ਨੇ, ਇਹ ਕਰੀ ਜਾਣ ਕੋਈ ਠਾਉਂਦਾ ਨਹੀਂ। ਜਦੋਂ ਹੁਣ ਇਲੈਕਸ਼ਨਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ, ਉਦੋਂ ਲਾਈ ਜਾਣ ਅਵਰਾਜ ਦੇ ਤਵੇ 'ਚ ਹੀ ਨਹੀਂ ਲਾਉਣੇ, ਕੋਈ ਨਹੀਂ ਠਾਉਂਦਾ। ਅਸੈਂਬਲੀ ਦੀਆਂ ਇਲੈਕਸ਼ਨਾਂ ਵਾਲੇ ਲਾਉਣ, ਹੋਰ ਕਾਰਪੋਰੇਸ਼ਨ ਆਉਣਗੀਆਂ ਉਦੋਂ ਲਾ ਲੈਣ, ਇਹ ਹੁੰਦਾ ਉੱਥੇ ਲਾਉਣ ਦਾ ਇੱਕ ਦੂਜੇ ਦੇ ਤੂੰ ਤਾਂ। ਇਹ ਜਿਹੜਾ ਸਾਂਝਾ ਕੇਸ ਹੈ, ਇਹਦੇ 'ਤੇ ਇੱਕ ਦੂਜੇ ਨੂੰ ਜੇ ਨੀਵਾਂ ਦਿਖਾਉਣਾ ਹੈ, ਫਿਰ ਸਾਂਝਾ ਕੇਸ ਕਾਹਦਾ ਰਹਿ ਗਿਆ, ਫਿਰ ਸਾਰਿਆਂ ਦਾ ਸਹਿਯੋਗ ਕਾਹਦਾ ਰਹਿ ਗਿਆ? ਸੋ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਹਦਾ ਤਾਂ ਕੇਸ ਲੜਨ ਦਾ ਤਾਂ ਮਤਲਬ ਹੀ ਨਹੀਂ ਹੈਗਾ, ਉਹਦਾ ਉਹਦਾ ਤਾਂ ਆਹੀ ਆਪਦੀ ਡਰਾਮੇਬਾਜ਼ੀ ਭੰਡੀ ਪ੍ਰਚਾਰ ਕਰਨ ਦਾ ਹੀ ਮਸਲਾ, ਕਿਸ ਨਾਲ ਉਹਦਾ ਕੋਈ ਤਲਕ ਨਹੀਂ ਪਾਣੀ ਦਾ, ਨਾ ਪਾਣੀ ਦਾ
ਵੀ ਦੇਣਾ ਕਿ ਨਹੀਂ ਦੇਣਾ, ਉਹਨਾਂ ਦਾ ਬਣਦਾ ਕਿ ਨਹੀਂ ਬਣਦਾ, ਜੇ ਬਣਦਾ ਤੇ ਕਿੰਨਾ ਬਣਦਾ, ਇੱਕ ਕੱਸੀ ਜੋਗਾ ਬਣਦਾ, ਇੱਕ ਸੂਏ ਜੋਗਾ ਬਣਦਾ, ਇੱਕ ਨਹਿਰ ਜੋਗਾ ਬਣਦਾ, ਹਾਲੇ ਤਾਂ ਪਾਣੀ ਦਾ ਤਾਂ ਡਿਸੀਜਨ ਹੀ ਨਹੀਂ ਹੋਇਆ ਵੀ ਪਾਣੀ ਪੰਜਾਬ ਕੋਲ ਵੱਧ ਹੈਗਾ ਵੀ ਕਿ ਨਹੀਂ ਹੈਗਾ, ਤੇ ਜੇ ਦੇਣਾ ਤੇ ਕਿੰਨਾ ਦੇਣਾ, ਤੇ ਨਹਿਰ ਪਹਿਲਾਂ ਹੀ ਪੱਟੀ ਜਾਂਦੇ ਆ, ਕਦੇ ਸੁਣੀਆਂ ਇਹੋ ਜਿਹੀ ਗੱਲ ਅੱਜ ਤਾਈਂ? ਤੇ ਜੇ ਕੱਲ ਨੂੰ ਇਹ ਫੈਸਲਾ ਆ ਜਾਂਦਾ ਵੀ ਪਾਣੀ ਦਾ ਨਹੀਂ ਹੈਗਾ ਪੰਜਾਬ ਕੋਲ ਤੇ ਪਾਣੀ ਨਹੀਂ ਦਿੱਤਾ ਜਾ ਸਕਦਾ, ਫਿਰ ਕੀ ਕਰਨਗੇ ਨਹਿਰ ਦਾ? ਫਿਰ ਨਹਿਰ 'ਚ ਕੀ ਛੱਡਣਗੇ? ਮੱਛੀਆਂ ਪਾਲਿਆ ਕਰਨਗੇ? ਸੋ ਇਹ ਇੱਕ ਪਤਾ ਨਹੀਂ ਕਿਉਂ ਇਹ ਧੱਕਾ ਕਰ ਰਿਹਾ ਪੰਜਾਬ ਦੇ ਨਾਲ, ਜਦੋਂ ਪਾਣੀ ਦਾ ਹੀ ਨਹੀਂ, ਪਹਿਲਾਂ ਪਾਣੀ ਦਾ ਫੈਸਲਾ ਕਰੋ ਕਿ ਕਿੰਨਾ ਪਾਣੀ ਪੰਜਾਬ ਕੋਲ ਹੈਗਾ ਵੀ ਦੇਣ ਨੂੰ ਕਿ ਨਹੀਂ ਹੈਗਾ, ਫਿਰ ਉਸ ਹਿਸਾਬ ਨਾਲ ਨਹਿਰ ਬਣਾਓ। ਤੇ ਜੇ ਪਾਣੀ ਇੱਕ ਸੂਏ ਦਾ ਪਾਣੀ ਆ ਵਾਧੂ ਪੰਜਾਬ ਕੋਲ, ਮੰਨ ਲਓ, ਤੇ ਫਿਰ ਨਹਿਰ ਐਡੀ ਬਣਾ ਕੇ ਕਰਨੀ, ਫਿਰ ਸੂਆ ਬਣਾ ਲਿਓ। ਸੋ ਇਹ ਬਿਲਕੁਲ ਪੰਜਾਬ ਨਾਲ ਜਿਉਂ ਲੱਗੇ ਧੱਕੇ ਕਰਨ 1947 ਤੋਂ ਲੈ ਕੇ ਅੱਜ ਤਾਈਂ ਧੱਕਿਆਂ ਦੀ ਦਾਸਤਾਨ, ਪਹਿਲਾਂ ਕਾਂਗਰਸ ਕਰਦੀ ਰਹੀ ਰੱਜ ਕੇ, ਹੁਣ ਬੀਜੇਪੀ ਵੀ ਉਸੇ ਰਾਹ 'ਤੇ ਹੀ ਹੈ, ਚਾਹੇ ਸੈਂਟਰ 'ਚ ਕੋਈ ਹੈ, ਮੈਂ ਕਹਿੰਦਾ ਵੀ ਆਪ ਵਾਲੇ ਵੀ ਉਸੇ ਰਾਹ 'ਤੇ ਹੈ ਅਤੇ ਬੀਜੇਪੀ ਵੀ ਉਸੇ ਰਾਹ 'ਤੇ ਹੈ, ਕਾਂਗਰਸ ਸਾਰੇ ਇਕੱਠੇ ਨੇ ਇਸ ਰਾਹ 'ਤੇ। 90 ਤੋਂ ਬਾਅਦ 3 ਵਾਰ ਅਕਾਲੀ ਦਲ ਦੀ ਸਰਕਾਰ ਵੀ ਰਹਿੰਦੀ ਹੈ, ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਹੀ SYL ਦਾ ਮਸਲਾ ਸੋਲਵ ਕਰ ਲੈਣਾ ਚਾਹੀਦਾ ਸੀਗਾ, ਪਰ ਹੁਣ ਫੇਰ ਰੌਲਾ ਪੈਂਦਾ ਗਾ? ਤੁਹਾਡੇ ਚਿੱਤ ਜਾ ਵੀ ਕਿਤੇ ਅਸੀਂ ਕਰਦੇ ਨੀ ਹੈਗੇ। ਉੱਥੇ ਵੇਖੋ ਰਾਜਸਥਾਨ ਦੇ 25 MP ਜੀ, ਹਰਿਆਣੇ ਦੇ 10 ਬਣ ਜਾਂਦੇ ਆ, 25 ਤੇ 10 35, 7 ਦਿੱਲੀ ਦੇ ਆ, 42 ਹੋ ਜਾਂਦੇ ਆ, ਅਸੀਂ ਆ 13, ਉਹ ਵੀ ਵੰਡੇ ਜਾਂਦੇ ਆ, ਉਹ ਫਿਰ 45 MLA MPs ਨੂੰ ਵੇਖਦੇ ਆ, ਸਾਨੂੰ ਕਾਹਨੂੰ ਵੇਖਦੇ ਆ? ਪੰਜਾਬ ਨਾਲ ਧੱਕਾ ਹੀ ਤਾਂ ਹੁੰਦਾ, ਧੱਕਾ ਹੀ ਪੰਜਾਬ ਨਾਲ ਤਾਂ ਹੁੰਦਾ ਕਿ ਆਪਣੇ MP ਥੋੜੇ ਆ, ਉਹਨਾਂ ਦੇ ਜ਼ਿਆਦੇ ਉਹ ਰੌਲਾ ਪਾ ਲੈਂਦੇ, ਉਹ ਚੁੱਪ ਕਰ ਜਾਂਦੇ ਉੱਥੇ। ਪਰ ਤੁਹਾਨੂੰ ਲੱਗਦਾ ਨਹੀਂ ਵੀ ਮਨਮੋਹਨ ਸਿੰਘ ਜੀ ਵੀ ਪ੍ਰਧਾਨ ਮੰਤਰੀ ਰਹੇ, ਉਹ ਵੀ ਪੰਜਾਬ ਦੇ ਸੀ, ਅਟਲ ਬਿਹਾਰੀ ਵਾਜਪਾਈ ਨਾਲ ਤੁਹਾਡੇ ਗੂੜੇ ਸੰਬੰਧ ਸੀਗੇ, ਪ੍ਰਕਾਸ਼ ਸਿੰਘ ਬਾਦਲ ਜੀ ਦੇ, ਹੋ ਜਾਣਾ ਚਾਹੀਦਾ ਸੀ? ਸੰਬੰਧਾਂ ਦੀ ਗੱਲ ਨਹੀਂ ਉੱਥੇ ਚੱਲਦੀ, ਮੈਂ ਤਾਂ ਕਹਿੰਦਾ ਸਾਰੇ, ਮੈਂ ਕੋਈ ਲੁਕੋ ਨਹੀਂ ਰੱਖਦਾ, ਪਹਿਲਾਂ ਕਾਂਗਰਸ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ, ਸਾਡੇ ਨਾਲ ਧੱਕੇ ਕੀਤੇ ਨੇ ਰੱਜ ਕੇ, ਅਸੀਂ ਆਪਦਾ ਹੱਕ ਮੰਗਦੇ ਹਾਂ, ਕੋਈ ਵਾਧੂ ਨਹੀਂ ਮੰਗਦੇ। ਫਿਰ ਬੀਜੇਪੀ ਤੋਂ ਸਾਨੂੰ ਪੂਰੀ ਝਾਕ ਸੀਗੀ, ਪਹਿਲਾਂ ਡਸਾਈ ਸਾਹਿਬ ਆਏ 77 'ਚ, ਫਿਰ ਵਾਜਪੇਈ ਸਾਹਿਬ ਆਏ, ਫਿਰ ਮੋਦੀ ਸਾਹਿਬ ਆਏ, ਸਾਨੂੰ ਝਾਕ ਸੀ ਕਿ ਇਨਸਾਫ਼ ਮਿਲ ਜਾਏਗਾ ਜਿਹੜੇ ਕਾਂਗਰਸ ਨੇ ਧੱਕੇ ਕੀਤੇ ਆ, ਨਾ ਸਾਨੂੰ ਪੰਜਾਬ ਦੇ ਮਸਲਿਆਂ ਬਾਰੇ ਕੋਈ ਇਨਸਾਫ਼ ਮਿਲਿਆ, ਨਾ ਪਾਣੀ ਵੀ ਵਿੱਚੇ ਆ ਗਿਆ ਉਹਦੇ, ਅਤੇ ਨਾ ਸਾਨੂੰ ਜਿਹੜਾ ਸਿੱਖਾਂ ਦਾ ਕਤਲਾਮ ਹੋਇਆ ਪੰਜਾਬ ਦੇ ਵਿੱਚ, ਉਹਦੇ ਬਾਰੇ ਹਾਲ ਤਾਈਂ ਕੋਈ ਇਨਸਾਫ਼ ਮਿਲਿਆ, ਹਾਲੇ ਤੱਕ ਉੱਥੇ ਹੀ ਕਹੀ ਕੁਆੜੀ ਖੜੀ ਹੈ, ਕੋਈ ਇਨਸਾਫ਼ ਨਹੀਂ ਮਿਲਿਆ ਸਾਨੂੰ। ਜਿਵੇਂ ਜਿੰਨੀਆਂ ਕੁ ਤੁਸੀਂ ਵੀ ਚਲੋ ਖਬਰਾਂ ਦੇਖਦੇ ਹੋ, ਜਿੰਨੀਆਂ ਕੁ ਇੰਟਰਵਿਊਜ਼ ਆਉਂਦੀਆਂ ਹੈਗੀਆਂ, ਚਾਹੇ ਉਹ ਰਾਜਨੀਤਿਕ ਮਾਹਰ ਨੇ ਜਾਂ ਰਾਜਨੀਤਿਕ ਚਿੰਤਕ ਨੇ, ਚਾਹੇ ਉਹ ਧਾਰਮਿਕ ਪ੍ਰਚਾਰਕ ਨੇ, ਉਹ ਕਹਿੰਦੇ ਵੀ ਅਕਾਲੀ ਦਲ ਦਾ ਭਵਿੱਖ ਉਹੋ ਜਾਣੀ ਜੇ ਪ੍ਰਧਾਨਗੀ ਨੂੰ ਲੈ ਕੇ ਜਾਂ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਗੱਲ ਇਹਨਾਂ ਨੇ ਨਾ ਵਿਚਾਰੀ ਜਾਂ ਨਾ ਸੋਚੀ। ਤੁਹਾਨੂੰ ਕੀ ਲੱਗਦਾ ਗਾ ਵੀ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਊਗਾ ਜਾਂ ਤੁਹਾਡੀ ਪਾਰਟੀ ਨੂੰ ਸੋਚਣਾ ਪਊਗਾ, ਜਾਂ ਫਿਰ ਖੇਤਰੀ ਪਾਰਟੀ ਦੇ ਬਦਲ ਦੇ ਵਿੱਚ ਪੰਜਾਬ ਕੁਛ ਹੋਰ ਦੇਖੂਗਾ 2027 ਜਾਂ 24 ਦੇ ਵਿੱਚ ਹੀ? ਵੇਖੋ, ਪੰਜਾਬ ਦੀ ਜਿਹੜੀ ਮਦਈ ਹੈ, ਜੇ ਪੰਜਾਬ ਦਾ ਭਲਾ ਕੀਤਾ ਤਾਂ ਹਮੇਸ਼ਾ ਅਕਾਲੀ ਦਲ ਨੇ ਕੀਤਾ। ਤੁਸੀਂ ਜੇ ਡਿਵੈਲਪਮੈਂਟ ਦੀ ਗੱਲ ਹੀ ਕਰ ਲਓ, ਆਪਾਂ ਅਕਾਲੀ ਦਲ ਨੂੰ 20 ਸਾਲ ਰਾਜ ਕਰਨ ਦਾ ਮੌਕਾ ਮਿਲਿਆ ਇੱਥੇ, 50 ਸਾਲ ਕਾਂਗਰਸ ਨੂੰ ਮੌਕਾ ਮਿਲਿਆ, 2 ਸਾਲ ਹੁਣ ਇਹਨਾਂ ਨੂੰ ਹੋ ਚੱਲੇ ਨੇ ਦੂਜਿਆਂ ਨੂੰ। ਤੁਸੀਂ ਕਿਸੇ ਸੂਬੇ 'ਚ ਚਲੇ ਜਾਓ ਜਿਹੜੇ 'ਚ ਤੁਹਾਡੇ ਜੀ ਕਰਦਾ ਚਲੇ ਜਾਓ, ਜਿੰਨੀ ਡਿਵੈਲਪਮੈਂਟ ਪੰਜਾਬ 'ਚ ਹੋਈ ਹੈ ਔਖੀਆਂ ਸਥਿਤੀਆਂ ਦੇ ਬਾਵਜੂਦ ਵੀ, ਸਾਧਨ ਘੱਟ ਦੇ ਬਾਵਜੂਦ ਵੀ, ਉਹ ਪੰਜਾਬ 'ਚ ਹੀ ਹੋਈ ਹੈ ਅਤੇ ਹੋਈ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੈ। ਜੇ ਪੰਜਾਬ 'ਚ ਫਿਰ ਜੇ ਬਾਕੀ ਸਾਰੇ 'ਚ ਕਾਂਗਰਸ ਕਰਦੀ ਹੁੰਦੀ ਤਾਂ ਫਿਰ ਬਾਕੀ ਸਾਰੇ ਦੇਸ਼ ਦੇ ਵਿੱਚ ਵੀ ਕਰਦੀ, ਜੇ ਮੋਦੀ ਸਾਹਿਬ ਕਰਦੇ ਹੁੰਦੇ ਜਾਂ BJP ਕਰਦੀ ਹੁੰਦੀ ਤਾਂ ਫਿਰ ਬਾਕੀ ਦੇਸ਼ ਦੇ ਵਿੱਚ ਵੀ ਕਰਦੀ। ਅਤੇ ਇਸ ਕਰਕੇ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਹੈ, ਗੁਜਰਾਤ ਈਵਨ ਇਸ ਵੇਲੇ ਨੰਬਰ 1 'ਤੇ ਕੀਤਾ ਵਾ BJP ਵਾਲਿਆਂ ਦਾ, ਮੋਦੀ ਸਾਹਿਬ 12 ਸਾਲ ਮੁੱਖ ਮੰਤਰੀ ਰਹੇ ਆ। ਤੁਸੀਂ ਜਾਵੜੋ ਪੰਜਾਬ ਦੀ ਜਿਹੜੀ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਹੋਈ ਹੈ ਹਰ ਖੇਤਰ 'ਚ, ਮੋਦੀ ਗੁਜਰਾਤ 'ਚ ਤਾਂ ਇਦੋਂ ਅੱਧੀ ਵੀ ਨਹੀਂ ਹੈਗੀ ਹੈ, ਸ਼ਹਿਰਾਂ ਨੂੰ ਛੱਡ ਦਈਏ ਇਕੱਲਿਆਂ ਨੂੰ, ਪਿੰਡਾਂ 'ਚ ਤਾਂ ਉੱਥੇ ਹਾਲੇ ਕੁਝ ਉਨਾ ਆਪਣੇ ਨੇੜੇ ਤੇੜੇ ਵੀ ਹੈ ਨਹੀਂਗਾ। ਅਤੇ ਇਹ ਤੀ ਤਰੱਕੀ ਦਾ ਜਿਹੜਾ ਮੁੱਢ ਹੈ ਉਹ ਅਕਾਲੀ ਦਲ ਹੈ, ਕਿਉਂਕਿ ਸਾਡਾ ਤਾਂ ਜੰਮਣਾ ਮਰਨਾ ਹੀ ਪੰਜਾਬ ਹੈ, ਹੋਰ ਕਿਤੇ ਹੈ ਨਹੀਂ। ਬਾਕੀ ਸਾਰੀਆਂ ਪਾਰਟੀਆਂ ਨੇ ਹਿੰਦੁਸਤਾਨ ਬਾਰੇ ਸੋਚਣਾ, ਸਾਰੇ ਦੇਸ਼ ਬਾਰੇ ਸੋਚਣਾ, ਅਸੀਂ ਤਾਂ ਪੰਜਾਬ ਬਾਰੇ ਸੋਚਣਾ ਸਾਰਾ ਕੁਛ। ਬਹੁਤ ਲੋਕ ਮਲੁਕਾ ਵੀ ਮੰਨਦੇ ਆ ਵੀ ਠੀਕ ਆ ਵੀ ਡਿਵੈਲਪਮੈਂਟ ਅਕਾਲੀ ਦਲ ਨੇ ਕਰਾਈ ਆ ਪੰਜਾਬ 'ਚ, ਪਰ ਮੂਲ ਸਿਧਾਂਤਾਂ ਤੋਂ ਵੀ ਅਕਾਲੀ ਦਲ ਪਾਸੇ ਹੋਇਆ, ਧਾਰਮਿਕ ਮਸਲਿਆਂ ਕਰਕੇ, ਹੋਰ ਬਹੁਤ ਸਾਰੇ ਮਸਲਿਆਂ ਕਰਕੇ। ਤੁਹਾਡਾ ਤਾਂ ਬਿਆਨ ਵੀ ਆਇਆ, ਚੰਦੂ ਮਾਜਰਾ ਸਾਹਿਬ ਦਾ ਬਿਆਨ ਆਇਆ, ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਵੀ ਅਸੀਂ ਇੱਕ ਵੋਟ ਇੱਕ ਨੇਸ਼ਨ ਉਹਦੇ 'ਤੇ ਅਸੀਂ ਸਹਿਮਤ ਹਾਂ ਵੀ ਠੀਕ ਆ, ਪੈਸੇ ਦੀ ਬੱਚਤ ਹੋਊਗੀ। ਤੁਹਾਨੂੰ ਲੱਗਦਾ ਨਹੀਂ ਵੀ ਮੂਲ ਸਿਧਾਂਤਾਂ ਤੋਂ ਵੱਧ ਅਧਿਕਾਰਾਂ ਤੋਂ ਅਸੀਂ ਥਿੜਕ ਕੇ ਪਾਸੇ ਹੋ ਗਏ? ਨਹੀਂ, ਵੇਖੋ ਜਿਹੜੀਆਂ ਸਥਿਤੀਆਂ 'ਚ ਅਸੀਂ ਫਸੇ ਹੋਏ ਹਾਂ, ਮੈਂ ਪਹਿਲਾਂ ਵੀ ਕਹਿਤਾ ਕਿ ਅਸੀਂ ਲੜਾਈ ਲੜੀ ਜਾਂਦੇ ਹਾਂ, ਸਾਨੂੰ ਉਹਨੂੰ ਜਿਹੜੀ ਸਾਡੀ ਲੜਾਈ ਹੈ, ਜਿਹੜੀ ਜਾਇਜ਼ ਲੜਾਈ ਹੈ, ਚਾਹੇ ਉਹ ਪਾਣੀਆਂ ਦਾ ਹੱਕ ਹੈ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਹੱਕ ਹੈ, ਚਾਹੇ ਚੰਡੀਗੜ੍ਹ ਰਾਜਧਾਨੀ ਦਾ ਹੱਕ ਹੈ ਜਿਹੜੀ ਕਿ ਇਕੱਲੀ ਸਾਡੀ ਖੋਹੀ ਹੈ, ਕਿਸੇ ਹੋਰ ਸੂਬੇ ਦੀ ਖੋਹੀ ਨਹੀਂ, ਚਾਹੇ ਤੁਸੀਂ ਆ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਦੇ, ਅਸੀਂ ਵਧਾਈ ਹਾਂ, ਪਰ ਇਹਨੂੰ ਸਾਡੀ ਰੰਗਤ ਹੋਰ ਦੇ ਦਿੰਦੇ ਆ ਉਹ ਜਾਣ ਕੇ, ਚਾਹੇ ਕਾਂਗਰਸ ਵਾਲੇ ਹੁਣ ਚਾਹੇ ਹੁਣ BJP ਵਾਲੇ, ਉਹਨੂੰ ਦੂਜੇ ਪਾਸੇ ਲੈ ਜਾਂਦੇ ਆ ਤੇ ਜੱਟ ਹੋਣਾ ਚਾਹੁੰਦੇ ਆ। ਜੇ ਤਾਮਿਲਨਾਡੂ ਵਾਲੇ ਮੰਗਦੇ ਵੱਧ ਅਧਿਕਾਰ ਤਾਂ ਕੋਈ ਰੌਲਾ ਨਹੀਂ, ਜੇ ਬੰਗਾਲ ਵਾਲੇ ਮੰਗਦੇ ਤਾਂ ਕੋਈ ਰੌਲਾ ਨਹੀਂ, ਜੇ ਅਸਾਮ ਵਾਲੇ ਮੰਗਦੇ ਤਾਂ ਕੋਈ ਰੌਲਾ ਨਹੀਂ, ਜੇ ਅਸੀਂ
ਸੋ ਇਸ ਕਰਕੇ ਅੱਗੇ ਆਪਾਂ ਕਿੰਨਾ ਵੇਖੋ ਸੰਤਾਪ ਤੁਹਾਡੇ ਸਾਹਮਣੇ ਕਿੰਨਾ ਕੁਛ ਭੁਗਤਿਆ ਉਹ ਸਾਰੀ ਸ਼ਰਾਰਤ ਤਾਂ ਕਾਂਗਰਸ ਦੀ ਸੀ ਨਾ ਕਿੱਧਰ ਨੂੰ ਕਿੱਧਰ ਲੈ ਗਈ ਗੱਲ ਤਾਂ ਐਸ ਵਾਈ ਐਲ ਦੀ ਸੀਗੀ ਨਾ ਨਹਿਰ ਦੀ ਵੀ ਨਾ ਕੱਢੋ ਅਤੇ ਕਿੱਥੇ ਤੇ ਕਿੱਥੇ ਹੋਇਆ ਕਿੰਨਾ ਨੁਕਸਾਨ ਹੋਇਆ ਕਿੱਡੇ ਵੱਡੇ ਵੱਡੇ ਲੀਡਰ ਉਹਦੀ ਭੇਟ ਚੜ੍ਹ ਗਏ ਹਜ਼ਾਰਾਂ ਬੰਦੇ ਉਹਦੀ ਭੇਟ ਚੜ੍ਹ ਗਏ ਸੋ ਇਸ ਕਰਕੇ ਬੜਾ ਕੁਛ ਸਾਨੂੰ ਸੋਚ ਸਮਝ ਕੇ ਕਰਨਾ ਪੈਂਦਾ ਉਹ ਜਿਹੜੀਆਂ ਚਾਲਾਂ 'ਚ ਸਾਨੂੰ ਫਸਾਉਣਾ ਚਾਹੁੰਦੇ ਆ ਉਹ ਅਸੀਂ ਹੁਣ ਵਾਰ ਵਾਰ ਥੋੜ੍ਹਾ ਉਹਨਾਂ ਦੀਆਂ ਚਾਲਾਂ 'ਚ ਫਸਣਾ ਜਿਹੜੀਆਂ 'ਚ ਅਸੀਂ ਮਦਈਆਂ 'ਚ ਤਾਂ ਕਹਿੰਦਾ ਸਾਰੇ ਦੇਸ਼ ਸਾਰੀ ਦੁਨੀਆਂ ਦੇ ਵਿੱਚ ਤਰੱਕੀ ਤਾਂ ਹੋਈ ਹੈ ਜੇ ਸੂਬਿਆਂ ਨੂੰ ਵੱਧ ਅਧਿਕਾਰ ਹੈ ਚਾਹੇ ਅਮਰੀਕਾ ਚਾਹੇ ਇੰਗਲੈਂਡ ਹੈ ਚਾਹੇ ਆਸਟ੍ਰੇਲੀਆ ਚਾਹੇ ਕੋਈ ਹੋਰ ਦੇਸ਼ ਨੇ ਜੇ ਉਸ ਦੇਸ਼ ਨਹੀਂ ਟੁੱਟੇ ਵੱਧ ਅਧਿਕਾਰ ਦੇਣ ਨੂੰ ਸੂਬਿਆਂ ਨੂੰ ਜਾਂ ਸੂਬਿਆਂ ਕੋਲ ਫੁੱਲ ਅਧਿਕਾਰ ਹੈ ਤਾਂ ਇੱਥੇ ਕਿਵੇਂ ਟੁੱਟ ਜੂਗਾ ਪੰਜਾਬ ਇਕੱਲਾ ਅਤੇ ਅਸੀਂ ਇਕੱਲੇ ਪੰਜਾਬ ਲਈ ਤਾਂ ਮੰਗਦੇ ਹੀ ਨਹੀਂ ਅਸੀਂ ਤਾਂ ਕਹਿੰਦੇ ਸਾਰੇ ਦੇਸ਼ ਨੂੰ ਦਿਓ ਪਰ ਇਹ ਦੇਣਾ ਨਹੀਂ ਚਾਹੁੰਦੇ ਜਾਣ ਕੇ ਐਵੇਂ ਜਾਪਾਂ ਨੂੰ ਖਰਾਬ ਕਰਦੇ ਆ ਜੇ ਪੰਜਾਬ ਦੀ ਤਰੱਕੀ ਨੂੰ ਵੇਖ ਕੇ ਜਰ ਨਹੀਂ ਰਹੇ ਸਰ ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਕ੍ਰੈਡੀਬਿਲਿਟੀ ਘੱਟ ਗਈ ਉਹੋ ਜਿਹੇ ਲੀਡਰ ਨਹੀਂ ਨਹੀਂ ਉਹ ਕੋਈ ਐਵੇਂ ਵਹਿਮ ਹੁੰਦਾ ਲੀਡਰਾਂ ਦੀ ਸਮੇਂ ਦੇ ਨਾਲ ਨਾ ਵੇਖੋ ਹਰ ਗੱਲ ਤੇਜ਼ ਹੋਈ ਜਾਂਦੀ ਹੈ ਸਮੇਂ ਦੇ ਨਾਲ ਨਾਲ ਦੁਨੀਆ ਹੁਸ਼ਿਆਰ ਹੋਈ ਜਾਂਦੀ ਹੈ ਤੇਜ਼ ਹੋਈ ਜਾਂਦੀ ਹੈ ਲੋਕਾਂ ਦੀਆਂ ਲਾਲਸਾਵਾਂ ਲੋਕਾਂ ਦੀਆਂ ਡਿਮਾਂਡਸ ਉਹ ਆਉਣ ਵਾਲੇ ਸਮੇਂ 'ਚ ਵਧੀ ਜਾਂਦੀਆਂ ਹੁੰਦੀਆਂ ਉਹ ਸਾਰੀਆਂ ਜੋ ਹਾਲਾਤ ਨੇ ਇਸ ਵੇਲੇ ਸਟੇਟ ਦੇ ਉਨੀਆਂ ਪੂਰੀਆਂ ਨਹੀਂ ਹੋ ਸਕਦੀਆਂ ਔਖੀਆਂ ਸਥਿਤੀਆਂ 'ਚ ਵੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਬਹੁਤ ਕੰਮ ਕਰਾਏ ਆ ਪੰਜਾਬ ਦੇ ਪਰ ਮੈਂ ਮੰਨਦਾ ਕਿ ਹਲੇ ਵੀ ਕਾਫੀ ਕੁਛ ਕਰਨ ਵਾਲਾ ਰਹਿੰਦਾ ਕੋਈ ਲੀਡਰਾਂ ਦੀ ਨਹੀਂ ਘਰੀ ਲੀਡਰਾਂ ਦੇ ਕੰਮ ਤਾਂ ਲੀਡਰ ਜਦੋਂ ਸਮਾਂ ਮਿਲਦਾ ਬਹੁਤ ਕਰਦੇ ਆ ਕੰਮ ਤਾਂ ਜਿੰਨੇ ਕੰਮ ਹੀ ਕੀਤੇ ਆ ਪਿਛਲੇ ਸਮੇਂ 'ਚ ਜਿਹੜੀ ਇੰਨੀ ਡਿਵੈਲਪਮੈਂਟ ਪੰਜਾਬ ਦੀ ਹੋਈ ਹੈ ਹਰ ਖੇਤਰ ਦੇ ਵਿੱਚ ਜੀ ਜੋ ਆਪਾਂ ਕਿਹਾ ਉਹ ਕੀਤਾ ਹੈ ਅਤੇ ਹੋਰ ਫਿਰ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਤੁਹਾਨੂੰ ਲੱਗਦਾ ਹੈਗਾ ਵੀ ਜਿਹੜੇ ਰੁੱਸੇ ਵੇ ਆ ਉਹਨਾਂ ਨੂੰ ਮਨਾਉਣਾ ਚਾਹੀਦਾ ਹੈਗਾ ਉਹਨਾਂ ਕੋਲ ਵੀ ਨਹੀਂ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨਹੀਂ ਰੁੱਸਿਆਂ ਨੂੰ ਮਨਾਉਣਾ ਤਾਂ ਕਿਉਂ ਨਹੀਂ ਚਾਹੀਦਾ ਰੁੱਸਿਆਂ ਨੂੰ ਮਨਾਉਣਾ ਚਾਹੀਦਾ ਮੈਂ ਤਾਂ ਕਹਿੰਦਾ ਕੋਈ ਰੁੱਸਣੀ ਨਹੀਂ ਦੇਣਾ ਚਾਹੀਦਾ ਮੈਂ ਤਾਂ ਇਸ ਰਾਏ ਦਾ ਜਿਹੜੇ ਟੱਬਰ ਦੇ ਵਿੱਚ ਰੋਸੇ ਪੈਦਾ ਹੋਣ ਲੱਗ ਗਏ ਉਹ ਟੱਬਰ ਦਾ ਨੁਕਸਾਨ ਹੁੰਦਾ ਹਮੇਸ਼ਾ ਚਾਹੇ ਆਪਣਾ ਘਰ ਹੋਵੇ ਚਾਹੇ ਪਾਰਟੀ ਹੋਵੇ ਬਿਲਕੁਲ ਮਨਾਉਣਾ ਚਾਹੀਦਾ ਰੁੱਸਿਆਂ ਨੂੰ ਅਤੇ ਰੁੱਸਿਆਂ ਨੂੰ ਆਪਦੀ ਜਾਇਜ਼ ਗੱਲ ਰੱਖ ਕੇ ਮੰਨ ਵੀ ਜਾਣਾ ਚਾਹੀਦਾ ਹੁਣ ਜੇ ਅਸੀਂ ਮਨਾਉਣ ਜਾਈ ਜਾਵਾਂਗੇ ਮੰਨਣ ਨਾਲ ਮੰਨਦਾ ਹੀ ਨਹੀਂ ਜਾਂ ਉਹ ਸ਼ਰਤਾਂ ਹੀ ਇਹੋ ਜਿਹੀਆਂ ਰੱਖ ਦਿੰਦੇ ਆ ਜਿਹੜੀਆਂ ਪਾਰਟੀ ਦੇ ਫਿੱਟ ਨਹੀਂ ਬੈਠਦੀਆਂ ਡੈਮੋਕ੍ਰੇਸੀ ਦੇ ਵਿੱਚ ਬਹੁਤ ਸਹਿਮਤੀ ਹੈ ਆਪਾਂ 10 ਬੰਦੇ ਆ ਜੇ ਉਹਨੂੰ 8 ਕਹਿੰਦੇ ਆ 7 ਕਹਿੰਦੇ ਉਹਨੂੰ ਮੰਨ ਲਓ ਅਤੇ ਜੇ ਇੱਕ ਬੰਦਾ ਕਹੇ ਮੈਂ ਮੇਰੀ ਗੱਲ ਠੀਕ ਹੈ 9 ਤੁਸੀਂ ਝੂਠੇ ਆ ਫਿਰ ਨਹੀਂ ਨਾ ਗੱਲ ਚੱਲਦੀ ਹੈਗੀ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਸਿਸਟਮ ਚੱਲਦਾ ਡੈਮੋਕ੍ਰੇਟਿਕ ਸਿਸਟਮ ਚੱਲਦਾ ਕਿਉਂ ਨਹੀਂ ਚੱਲੂਗਾ ਡੈਮੋਕ੍ਰੇਸੀ ਨੇ ਸਾਰਾ ਸਿਸਟਮ ਚੱਲਣਾ ਪਾਰਟੀ ਦੇ ਵਿੱਚ ਵਰਕਿੰਗ ਕਮੇਟੀ ਕੋਰ ਕਮੇਟੀ ਜ਼ਿਲ੍ਹਾ ਜਥੇਬੰਦੀ ਸਾਰੇ ਸਿਸਟਮ PAC ਬਣੇ ਹੋਏ ਨੇ ਪਰ ਜਦੋਂ ਲੀਡਰ ਗੁੱਸੇ ਹੁੰਦੇ ਆ ਉਹ ਸਿਰਫ ਬਾਦਲ ਪਰਿਵਾਰ ਕਣੀ ਨਿਸ਼ਾਨਾ ਲਾ ਦਿੰਦੇ ਨਹੀਂ ਉਹ ਤਾਂ ਫਿਰ ਜਿਹੜਾ ਲੀਡਰ ਹੁੰਦਾ ਉਹਦੇ 'ਤੇ ਉਂਗਲ ਟਿਕਦੀ ਆ ਹਮੇਸ਼ਾ ਹੀ ਚਾਹੇ ਕੋਈ ਹੋਵੇ ਜਿਹੜੇ BJP 'ਚੋਂ ਭੱਜਦੇ ਉਹ ਮੋਦੀ ਦੇ ਸ਼ਾਹ 'ਤੇ ਦੋਸ਼ ਲਾ ਕੇ ਭੱਜਦੇ ਆ ਜਿਹੜੇ ਕਾਂਗਰਸ 'ਚੋਂ ਭੱਜਦੇ ਉਹ ਜਾਂ ਪੰਜਾਬ ਵਾਲੇ 'ਤੇ ਲਾ ਦਿੰਦੇ ਆ ਜਾਂ ਦਿੱਲੀ ਵਾਲੇ ਆਪਣੇ ਨਹਿਰੂ ਖਾਨਦਾਨ 'ਤੇ ਲਾ ਦਿੰਦੇ ਇਹ ਤਾਂ ਬਣਿਆ ਹੋਇਆ ਅਤੇ ਕਰਦੇ ਰਹਿੰਦੇ ਜਦੋਂ ਭੱਜਣਾ ਹੁੰਦਾ ਕੋਈ ਨਾ ਕੋਈ ਦੋਸ਼ ਲਾ ਕੇ ਭੱਜਿਆ ਜਾਂਦਾ ਇਵੇਂ ਤਾਂ ਭੱਜਿਆ ਨਹੀਂ ਜਾਂਦਾ ਤੁਹਾਨੂੰ ਲੱਗਦਾ ਜਿਹੜੀ ਧਰਾਤਲ ਤੋਂ ਆਵਾਜ਼ ਆ ਰਹੀ ਹੈ ਇੱਕ ਵਾਰ ਐਕਸਪੈਰੀਮੈਂਟ ਕਰਕੇ ਦੇਖਣਾ ਹੀ ਚਾਹੀਦਾ ਹੈਗਾ ਵੀ ਜੇ ਤੁਸੀਂ ਚੇਂਜ ਕੁਛ ਕਰ ਸਕਦੇ ਹੋ ਉੱਪਰਲੀ ਕੋਰ ਕਮੇਟੀ 'ਚ ਜਾਂ ਉੱਪਰਲੇ ਲੀਡਰਾਂ 'ਚ ਨਹੀਂ ਚੇਂਜ ਤਾਂ ਫਿਰ ਜੇ ਪਾਰਟੀ ਚਾਹਵੇ ਤਾਂ ਫਿਰ ਹੀ ਹੈ ਨਾ ਜੇ ਸਾਰੀ ਪਾਰਟੀ ਚਾਹਵੇ ਚੇਂਜ ਕਰਨਾ ਪਾਰਟੀ ਪਰ ਮਲੂਕਾ ਸਾਹਿਬ ਜੇ ਲੋਕ ਚਾਹੁਣ ਨਹੀਂ ਲੋਕਾਂ ਦਾ ਤਾਂ ਜਿਹੜਾ ਵਰਕਰ ਆ ਤੁਸੀਂ ਸਰਵੇ ਮੈਨੂੰ ਤਾਂ ਲੱਗਦਾ ਹੈਗਾ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਸੁਝਾਅ ਦੇ ਕੇ ਆਏ ਕਰਨ ਪੱਤਰਕਾਰ ਵੀ ਵਰਕਰਾਂ ਦਾ ਸਰਵੇ ਕਰਾਓ ਤਾਂ ਵਰਕਰ ਵੀ ਚਾਹੁੰਦੇ ਨੇ ਵੀ ਕਿਤੇ ਨਾ ਕਿਤੇ ਕੁਛ ਤਾਂ ਹੋਵੇ ਨਾ ਚਲੋ ਤਕਰੀਬਨ ਜਿਹੜੀਆਂ ਹੁੰਦੀਆਂ ਤਾਂ ਅਖੀਰ ਗੱਲਾਂ ਵਰਕਰਾਂ ਦੇ ਲੈਵਲ 'ਤੇ ਹੋ ਜਾਂਦੀਆਂ ਜਿਹੜੀ ਵਰਕਰ ਚਾਹੁੰਦੇ ਹੁੰਦੇ ਅਖੀਰ ਉਹੀ ਪੁੱਗ ਜਾਂਦੀ ਹੁੰਦੀ ਹੈ ਸਮੇਂ ਦੇ ਨਾਲ ਨਾਲ ਗੱਲ ਕਈ ਗੱਲਾਂ ਨਾ ਵੇਖੋ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਨੇ ਸੋ ਹਾਲਾਤ ਪਾਰਟੀ ਸਾਰੇ ਸੋਚਦੀ ਹੁੰਦੀ ਹੈ ਕੋਈ ਪਾਰਟੀ ਨਹੀਂ ਚਾਹੁੰਦੀ ਹੁੰਦੀ ਜਾਂ ਪਾਰਟੀ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਹੁੰਦੀ ਵੀ ਸਾਡੀ ਪਾਰਟੀ ਅੱਗੇ ਨਾ ਲੰਘੇ ਸਾਡੀ ਪਾਰਟੀ ਰਾਜ ਭਾਗ ਦੀ ਮਾਲਕ ਨਾ ਬਣੇ ਸਾਡੀ ਪਾਰਟੀ ਲੋਕਾਂ 'ਚ ਪਾਪੂਲਰ ਨਾ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਦੀ ਲੀਡਰਸ਼ਿਪ ਚਾਹੁੰਦੀ ਹੋਵੇ ਵੀ ਉਹ ਨਾ ਬਣੇ ਤੁਹਾਡੇ 'ਤੇ ਵੀ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ਗੀ ਹੈ ਖਾਸ ਕਰਕੇ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਨੂੰ ਕਹਿੰਦੇ ਵੀ ਮਲੂਕਾ ਸਾਹਿਬ ਨੇ ਹਲਕਾ ਛੱਡਤਾ ਮੌੜ ਮੰਡੀ ਚਲੇ ਗਏ ਨਹੀਂ ਚਲੋ ਮੌੜ ਮੰਡੀ ਵੀ ਪੰਜਾਬ 'ਚ ਹੀ ਹੈ ਬਠਿੰਡੇ 'ਚ ਚਲੋ ਪੰਜਾਬ ਮਾਰ ਤਾਂ ਹੈ ਨਹੀਂ ਉਹ ਐਂ ਹੁੰਦਾ ਵੀ ਹਲਕੇ 'ਚ ਹੁਣ ਲੜਦਿਆਂ ਨੂੰ ਹੋ ਗਿਆ ਬਹੁਤ ਚਿਰ ਜੀ ਕੰਮ ਜਿੰਨਾ ਮੈਂ ਦਿਲੋਂ ਕਰਾ ਸਕਦਾ ਸੀ ਮੈਂ ਤੁਹਾਨੂੰ ਵੀ ਪਤਾ ਤੁਸੀਂ ਉੱਥੋਂ ਕਿਹੜਾ ਲੁਕਿਆ ਆਪਾਂ ਜਿੰਨੇ ਪੈਸੇ ਲਾਏ ਸ਼ਹਿਰ ਦੇ ਉੱਤੇ ਲਾਏ ਪਿੰਡਾਂ ਦੇ ਉੱਤੇ ਲਾਏ ਡਿਵੈਲਪਮੈਂਟ ਦੇ ਹਲਕੇ ਪੱਖੋਂ ਇਹ ਪੰਜਾਬ ਦੇ ਮੂਹਰਲੇ ਹਲਕਿਆਂ 'ਚ ਗਿਣਿਆ ਜਾਂਦਾ ਸੀ ਇਹ ਪਤਾ ਨਹੀਂ ਕਿਉਂ ਰਾਮਪੁਰਾ ਅਤੇ ਮਹਿਰਾਜ ਦੋ ਇਹੋ ਜਿਹੇ ਸਟੇਸ਼ਨ ਸੀਗੇ ਜਿਹੜੇ ਕਿ ਮੈਥੋਂ ਸੂਦ ਨਹੀਂ ਆਏ 100 ਕਰੋੜ ਰੁਪਈਆ ਮੈਂ ਰਾਮਪੁਰੇ 'ਤੇ ਲਾਇਆ ਸ਼ਹਿਰ ਦੇ ਉੱਤੇ ਸਾਰੀ ਸੀਵਰੇਜ ਨਵਾਂ ਪਾਇਆ ਸੜਕਾਂ ਉਦੋਂ ਨਵੀਆਂ ਬਣਾਈਆਂ ਪਾਣੀ ਦੀਆਂ ਪੇਪਾਂ ਲਾਈਟਾਂ ਹੋਰ ਜੋ ਕੁਛ ਕਰ ਸਕਦੇ ਸੀ ਇਵੇਂ ਮਹਿਰਾਜ 'ਤੇ ਕੋਈ ਕਸਰ ਨਹੀਂ ਛੱਡੀ ਜੋ ਉਹਨਾਂ ਨੇ ਕਿਹਾ ਉਦੋਂ ਜ਼ਿਆਦਾ ਕੀਤਾ ਪਰ ਉੱਥੋਂ ਵੋਟ ਮੈਂ ਨਹੀਂ ਲੈ ਸਕਿਆ ਪਤਾ ਨਹੀਂ ਕਿਉਂ ਫਿਰ ਮੇਰੇ ਮਨ 'ਚ ਆਇਆ ਵੀ ਹੋ ਸਕਦਾ ਮੇਰੇ 'ਚ ਹੀ ਕੋਈ ਨੁਕਸ ਹੋਵੇ ਇਹ ਲੋਕ ਜੇ ਮੈਨੂੰ ਨਹੀਂ ਪਸੰਦ ਕਰਦੇ ਤਾਂ ਫਿਰ ਮੈਨੂੰ ਛੱਡ ਦੇਣਾ ਚਾਹੀਦਾ ਜੇ ਮੈਨੂੰ ਇੰਨੇ ਕੰਮ ਆਪਣਾ
ਇਹੀ ਮੈਂ ਗੱਲ ਵੀ ਤਾਂ ਲੈ ਕੇ ਆਇਆ, ਮੈਨੂੰ ਪਤਾ ਸੀ ਤੁਸੀਂ ਇਹ ਜਵਾਬ ਦੇਣਾ ਕਿ ਆਹੀ ਚੀਜ਼ ਪਾਰਟੀ ਕਰੂਗੀ ਜੇ ਲੋਕ ਨਹੀਂ ਸੂਤ ਆ ਰਹੇ, ਕਿਉਂਕਿ ਤੁਸੀਂ ਕਿੰਨੀਆਂ ਇਲੈਕਸ਼ਨ ਬਾਈ ਇਲੈਕਸ਼ਨ ਦੋ ਹਾਰ ਚੁੱਕੇ ਹੋ, ਪਿਛਲੀਆਂ ਦੋ ਵੱਡੀਆਂ ਇਲੈਕਸ਼ਨਾਂ। ਮੈਂ ਉਹੀ ਕਹਿੰਦਾ ਨਾ ਵੀ ਜੇ ਆਪਾਂ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਨਹੀਂ ਗੱਲ ਬਣੀ, ਆਪਾਂ ਆਪਦਾ ਹਰ ਹੀਲਾ ਵਰਤ ਲਿਆ, ਜਿੰਨੀ ਲੋਕਾਂ ਦੀ ਸੇਵਾ ਚ ਆਪਾਂ ਜਾ ਸਕਦੇ ਸੀ ਉਹ ਤੋਂ ਜ਼ਿਆਦਾ ਉੱਠ ਗਏ, ਸਾਰਾ ਟੱਬਰ ਉੱਠ ਗਿਆ, ਨਾ ਕੋਈ ਵਿਆਹ ਸ਼ਾਦੀ ਮਰਗ ਭੋਗ ਕੋਈ ਛੱਡੀ ਨਹੀਂ ਕਸਰ, ਫਿਰ ਵੀ ਵੋਟਾਂ ਨਹੀਂ ਪੈਂਦੀਆਂ ਉਹ ਦੋ ਥਾਵਾਂ ਤੋਂ, ਉੱਥੋਂ ਨੁਕਸਾਨ ਹੋ ਜਾਂਦਾ ਜਾ ਕੇ, ਕਿਉਂਕਿ ਵੋਟ 55,000 ਬਣ ਜਾਂਦੀ ਹੈ ਦੋਨਾਂ ਥਾਵਾਂ ਦੀ, ਅਤੇ ਫਿਰ ਆਪਣਾ ਮਤਲਬ ਵੀ ਫਿਰ ਅਖੀਰ ਬੰਦਾ ਸੋਚ ਲੈਂਦਾ ਵੀ ਫਾਇਦਾ ਕੋਈ ਨਹੀਂ, ਇੱਥੇ ਹੁਣ ਆਪਾਂ ਪੱਥਰ ਨਾਲ ਮੱਥਾ ਮਾਰੀ ਜਾਵਾਂਗੇ, ਉਹਦੇ ਆਪਣੇ ਮੱਥੇ 'ਤੇ ਸੱਟ ਵੱਜੂਗੀ, ਪੱਥਰ ਨੂੰ ਤਾਂ ਹੋਣਾ ਕੁਛ ਨਹੀਂ। ਨਹੀਂ ਉਹੀ ਗੱਲ ਕਰ ਰਹੇ ਹਾਂ, ਫਿਰ ਵੀ ਪਾਰਟੀ ਦੇ ਜਿਹੜੇ ਸੀਨੀਅਰ ਉਹ ਟੀਮ ਆ ਉੱਥੇ ਨਹੀਂ ਚੇਂਜ ਕਰਨ ਦੀ ਸੋਚਦੇ ਵੀ ਆਪਾਂ ਇੰਨੀਆਂ ਇਲੈਕਸ਼ਨ ਹਾਰ ਗਏ। ਚਲੋ ਕਿਉਂ ਨਹੀਂ ਸੋਚੂ, ਪਾਰਟੀ ਜੇ ਕੋਈ ਗੱਲ ਆਊਗੀ ਇਹੋ ਜਿਹੀ ਜ਼ਰੂਰ ਸੋਚੂਗੀ। ਬਹੁਤ ਸਾਰੀਆਂ ਗੱਲਾਂ ਆਈਆਂ, ਜਿਵੇਂ ਹੁਣ ਜੀਤਮਿੰਦਰ ਸਿੰਘ ਸਿੱਧੂ ਗਏ ਆ, ਹੋਰ ਪਹਿਲਾਂ ਬੀਬੀ ਜਗੀਰ ਕੌਰ, ਬਹੁਤ ਸਾਰੇ ਲੋਕ ਉਹ ਚਲੋ ਪ੍ਰੈਸ ਕਾਨਫਰੰਸਾਂ ਠੀਕ ਆ ਬਲੇਮ ਲਾਉਂਦੇ ਆ, ਪਰ ਕੀ ਵਾਕਿਆ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਜਾਂ ਉਹ ਜਿਹੜਾ ਅਕਾਲੀ ਦਲ ਦਾ ਚੰਡੀਗੜ੍ਹ ਦਫ਼ਤਰ ਆ ਉੱਥੇ ਵਾਕਿਆ ਹੀ ਦੂਜਿਆਂ ਦੀ ਸੁਣੀ ਜਾਂਦੀ ਹੈ ਕਿ ਨਹੀਂ? ਕਿਉਂਕਿ ਇਹ ਤਾਂ ਗਰਾਊਂਡ ਲੈਵਲ 'ਤੇ ਜਦੋਂ ਲੋਕਾਂ ਦੇ ਵਿੱਚ ਘਰ ਕਰਨ ਲੱਗ ਗਈ ਗੱਲ ਤਾਂ ਪਾਰਟੀ ਨੂੰ ਤਾਂ ਨੁਕਸਾਨ ਹੈ। ਨਹੀਂ ਉਹ ਤਾਂ ਵੇਖੋ ਜਦੋਂ ਬੰਦਾ ਪਾਰਟੀ ਕਮਜ਼ੋਰ ਹੁੰਦੀ ਹੈ ਨਾ ਉਦੋਂ ਰੋਸੇ ਵੀ ਹੋ ਜਾਂਦੇ ਆ, ਉਦੋਂ ਬੰਦੇ ਭੱਜਣ ਵੀ ਲੱਗ ਜਾਂਦੇ ਆ, ਕਮਜ਼ੋਰ ਬੰਦੇ ਭੱਜ ਜਾਂਦੇ ਹੁੰਦੇ ਆ ਜੀ। ਜਦੋਂ ਪਾਰਟੀ ਤਕੜੀ ਹੁੰਦੀ ਉਦੋਂ ਕੋਈ ਨਹੀਂ ਭੱਜਦਾ, ਉਦੋਂ ਦੂਜਿਆਂ 'ਚੋਂ ਆ ਜਾਂਦੇ ਆ, ਦੂਜੀਆਂ ਪਾਰਟੀਆਂ 'ਚੋਂ। ਸਾਡੇ 'ਚ 12 ਤੋਂ 17 'ਤੇ ਬਹੁਤ ਲੋਕ ਆਏ, ਕਾਂਗਰਸ 'ਚੋਂ ਬੇਥਾ ਲੋਕ ਆਏ, ਹੋਰਾਂ ਪਾਰਟੀਆਂ 'ਚੋਂ ਵੀ ਆਏ, ਬੀਜੇਪੀ 'ਚੋਂ ਵੀ ਆਏ, ਅਤੇ ਜਦੋਂ ਹੁਣ ਅਸੀਂ ਕਮਜ਼ੋਰ ਹੋ ਗਏ ਤਾਂ 12 ਤੋਂ 17 ਤੋਂ 22 'ਤੇ ਨਹੀਂ ਵਾਲੇ ਭੱਜੇ ਲੋਕ, 17 ਤੋਂ 22 ਤੋਂ ਬਾਅਦ ਭੱਜੇ ਲੋਕ ਵੀ ਪਾਰਟੀ ਕਮਜ਼ੋਰ ਹੋ ਗਈ। ਪਾਰਟੀ ਕਮਜ਼ੋਰ ਹੋਈ ਹੈ ਇਹਦੇ 'ਚ ਕੋਈ ਰੌਲਾ ਨਹੀਂ, ਜੇ ਮੈਂ ਕਵੇਂ ਨਹੀਂ ਹੋਈ, ਬਿਲਕੁਲ ਹੋਈ ਹੈ। ਅਤੇ ਉਹ ਫਿਰ ਕਮਜ਼ੋਰ ਵੇਲੇ ਕਮਜ਼ੋਰ ਬੰਦੇ ਜਿਹੜੇ ਮੰਨਦੇ ਹੁੰਦੇ ਉਹ ਭੱਜ ਜਾਂਦੇ ਆ, ਜਿਵੇਂ ਹੁਣ ਕਾਂਗਰਸ ਵਾਲੇ ਆ, ਪਹਿਲਾਂ ਕਿੰਨੇ ਭੱਜ ਗਏ ਉੱਧਰ ਨੂੰ, ਕਾਂਗਰਸ ਕਿਵੇਂ ਭੱਜ ਗਏ, ਕਾਂਗਰਸ 'ਚ ਵੀ ਭੱਜੇ ਨਾ ਕਿੰਨੇ ਵੱਡੇ ਵੱਡੇ ਲੀਡਰ, ਵਜ਼ੀਰੀਆਂ ਮਾਣ ਕੇ ਭੱਜ ਗਏ, MLA ਵਜ਼ੀਰ MP ਉਹ ਭੱਜ ਗਏ, ਹੁਣ ਉੱਧਰ ਨਹੀਂ ਜੀ ਲੱਗਿਆ, ਹੁਣ ਫਿਰ ਵਾਪਸ ਮੁੜੇ ਆਏ। ਸੋ ਇਹ ਕੁਛ ਬੰਦੇ ਚੱਲਦੇ ਫਿਰਦੇ ਰਹਿੰਦੇ ਆ, ਇਹ ਚੱਲਦਾ ਰਹਿੰਦਾ ਕੰਮ, ਇਹ ਇਕੱਲਾ ਨਵਾਂ ਇੱਕ ਪਾਰਟੀ 'ਚ ਨਹੀਂ, ਇਹ ਸਾਰੀਆਂ 'ਚ ਹੀ ਹੋਈ ਜਾਂਦਾ। ਜੇ ਮੈਂ ਤੁਹਾਨੂੰ ਅੱਜ ਦਾ ਸਵਾਲ ਇੱਕ ਪੁੱਛਾਂ ਵੀ 2024 'ਚ ਤੁਹਾਨੂੰ BJP ਨਾਲ ਸਮਝੌਤਾ ਕਰਨਾ ਚਾਹੀਦਾ ਕਿ ਨਹੀਂ, ਅੱਜ ਸਿਕੰਦਰ ਸਿੰਘ ਮਲੂਕਾ ਕੀ ਕਹਿਣਗੇ? ਦੇਖੋ ਸਮਝੌਤੇ ਦੀ ਗੱਲ ਇਹ ਹੈ, ਕਾਂਗਰਸ ਨਾਲ ਸਾਡਾ ਹੋ ਨਹੀਂ ਸਕਦਾ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਆਪ ਵਾਲਿਆਂ ਨਾਲ ਕੋਈ ਸਮਝੌਤੇ ਵਾਲੀ ਸਿਸਟਮ ਬਣਦਾ ਨਹੀਂ, ਇਹਦਾ ਕਿਸੇ ਨਾਲ ਨਹੀਂ ਬਣਦਾ, ਇਹਨਾਂ ਦਾ ਸਿਸਟਮ ਹੀ ਇਹੋ ਜਿਹਾ। ਉੱਧਰ ਵੀ 2 ਤਾਂ ਪਾਰਟੀਆਂ ਨੂੰ ਪਾਸੇ ਕੱਢ ਦਿਓ, ਉਦੋਂ ਬਾਅਦ ਪਾਰਟੀਆਂ ਰਹਿ ਜਾਂਦੀਆਂ ਛੋਟੀਆਂ, BJP ਬਹੁਜਨ ਸਮਾਜ ਪਾਰਟੀ ਅਤੇ ਕਮਿਊਨਿਸਟ ਪਾਰਟੀ ਆ, ਹੋਰ ਤਾਂ ਕੋਈ ਹੈ ਨਹੀਂ ਜੀ। ਇਹਨਾਂ ਨਾਲ ਸਾਡਾ ਹੋ ਸਕਦਾ, ਸਾਰਿਆਂ ਨਾਲ ਹੀ, ਕਿਸੇ ਨਾਲ ਵੀ ਹੋ ਜੇ, BJP ਨਾਲ ਵੀ ਹੋ ਸਕਦਾ, ਕਮਿਊਨਿਸਟ ਪਾਰਟੀਆਂ ਨਾਲ ਵੀ ਹੋ ਸਕਦਾ, ਬਹੁਜਨ ਨਾਲ ਸਾਡਾ ਹੈਗਾ ਹੀ ਹੈ। ਸੋ ਮੈਂ ਤਾਂ ਇਸ ਰਹਿ ਦਾ ਵੀ ਸਮਝੌਤਾ ਤਾਂ ਕਿਸੇ ਨਾ ਕਿਸੇ ਨਾਲ, ਜਿਹਦਾ ਅਕਾਲੀ ਦਲ ਦਾ ਜਿਹਦੇ ਨਾਲ ਹੋ ਜੇ ਤਾਂ ਚੰਗੀ ਗੱਲ ਹੈ, ਪਰ ਸਮਝੌਤਾ ਹਮੇਸ਼ਾ ਦੋਨਾਂ ਧਿਰਾਂ ਦੀ ਰਜਾਬੰਦੀ ਨਾਲ ਹੁੰਦਾ, ਜਦੋਂ ਆਪਣੇ ਦੋਨਾਂ ਦੇ ਦਿਲ ਮਿਲ ਗਏ, ਜਦੋਂ ਆਪਣੇ ਦੋਨਾਂ ਦੇ ਪ੍ਰੋਗਰਾਮ ਮਿਲ ਗਏ, ਜਦੋਂ ਇੱਕ ਦੂਜੇ ਦਾ ਆਪਾਂ ਨੂੰ ਚੰਗੇ ਲੱਗਣ ਲੱਗ ਗਏ, ਇੱਕ ਦੂਜੇ ਦੀਆਂ ਨੀਤੀਆਂ ਪਸੰਦ ਆ ਗਈਆਂ, ਸਮਝੌਤੇ ਉਦੋਂ ਹੁੰਦੇ ਆ। ਜੇ ਹੁਣ ਅਸੀਂ ਕਰਨਾ ਚਾਹੀਏ BJP ਨਾਲ ਕਰਨਾ ਚਾਹੀਏ ਤਾਂ ਨਹੀਂ ਹੋਏਗਾ, ਜੇ BJP ਕਰਨਾ ਚਾਹੇ ਅਸੀਂ ਨਾਲ ਕਰਨਾ ਚਾਹੀਏ ਤਾਂ ਨਹੀਂ ਹੋਏਗਾ। ਸੋ ਜਦੋਂ ਦੋਨਾਂ ਦਾ ਮਨ ਬਣ ਗਿਆ ਸਮਝੌਤਾ ਕਰਨ ਦੇ, ਉਦੋਂ 2 ਮਿੰਟ ਲੱਗਣਗੇ, ਜਾਂ ਜਦੋਂ ਦੋਨਾਂ ਦੀ ਲੋੜ ਬਣ ਗਈ, ਦੋਨਾਂ ਨੇ ਮਹਿਸੂਸ ਕਰ ਲਿਆ ਕਿ ਸਮਝੌਤੇ ਬਿਨਾਂ ਗੁਜ਼ਾਰਾ ਨਹੀਂ। ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮੰਗ ਹੈ, ਜਿਹੜੀ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਫੈਸਲਾ ਤਾਂ ਪਾਰਟੀ ਨੇ ਕਰਨਾ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਇਸ ਵੇਲੇ ਪਾਰਟੀ ਦੀ ਮੰਗ ਹੈ ਥੱਲੇ ਵਰਕਰਾਂ ਦੀ, ਦੋਨਾਂ ਪਾਰਟੀਆਂ ਦੀ, BJP ਦੀ ਵੀ ਅਤੇ ਅਕਾਲੀ ਦਲ ਦੀ, ਵੀ ਸਮਝੌਤਾ ਹੋਣਾ ਚਾਹੀਦਾ, ਸਮਝੌਤੇ ਦਾ ਫਾਇਦਾ ਹੈ, ਸਮਝੌਤੇ ਨਾਲ ਕਲੀਨ ਸਵੀਪ ਹੋ ਸਕਦੀ ਹੈ। ਉਹ ਹੁਣ ਹੁੰਦਾ ਨਹੀਂ ਹੁੰਦਾ, ਉਹ ਮੈਂ ਉਹਦੇ ਬਾਰੇ ਤਾਂ ਕੁਛ ਨਹੀਂ ਅੱਜ ਕਹਿ ਸਕਦਾ। ਤੁਹਾਨੂੰ ਲੱਗਦਾ ਨਹੀਂ ਵੀ ਅਕਾਲੀ ਦਲ ਦੇ ਲੀਡਰ ਦੁੱਖ ਨਹੀਂ ਭੋਗਣਾ ਚਾਹੁੰਦੇ, ਸੁੱਖ 'ਚ ਹੀ ਰਹਿਣਾ ਚਾਹੁੰਦੇ ਆ? ਨਹੀਂ, ਸੁੱਖ 'ਚ ਕਿਵੇਂ ਰਹਿਣਗੇ? ਪੁਜੀਸ਼ਨ ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕਹਿੰਦੇ ਪਾਸੇ ਰਹੇ ਸੀ ਗੱਦੀ ਤੋਂ, ਤਾਂ ਬਹੁਤ ਚੀਜ਼ਾਂ ਸੀਗੀਆਂ, ਪਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਜਿਹੜੀ ਟੀਮ ਆ ਉਹ ਦੁੱਖ ਨਹੀਂ ਚੱਲਣਾ ਚਾਹੁੰਦੇ। ਇਹੀ ਚੀਜ਼ ਚਲੋ ਕਾਂਗਰਸ 'ਚ, ਚਲੋ ਮੈਂ ਕਾਂਗਰਸ ਬਾਰੇ ਨਹੀਂ, ਤੁਸੀਂ ਜੇ BJP ਨਾਲ ਅੱਜ ਮਿਲਦੇ ਹੋ, ਬਹੁਤ ਸਾਰੇ ਲੋਕ ਕਹਿੰਦੇ ਆ ਵੀ ਜੇ ਅਕਾਲੀ ਦਲ ਨੂੰ ਕਹਿਤਾ ਵੀ ਤੁਹਾਨੂੰ ਇੱਕ ਯੂਨੀਅਨ ਮਿਨਿਸਟਰ ਦੇ ਦਾਂਗੇ ਤਾਂ ਅਕਾਲੀ ਦਲ ਰਾਜੀ ਆ, ਬਾਕੀ ਸਾਰਾ ਕੁਛ ਖੂਹ ਖਾਤੇ? ਨਹੀਂ, ਇਹ ਗੱਲ ਨਹੀਂ ਹੈਗੀ, ਯੂਨੀਅਨ ਮਿਨਿਸਟਰੀ ਤਾਂ ਆਪਾਂ ਛੱਡ ਕੇ ਆਏ ਹਾਂ, ਹੁਣ ਵੀ ਗੱਲ ਦੇ ਦਿੰਦੇ, ਜੋ ਇੱਕ ਮਿਨਿਸਟਰੀ ਦਾ ਉਹਨਾਂ ਨੇ ਹਰੇਕ ਨੂੰ ਦੇਣੀ ਹੁੰਦੀ ਹੈ, ਅਤੇ ਉਹ ਮਿਨਿਸਟਰੀ ਦੀ ਗੱਲ ਨਹੀਂ ਹੈਗੀ, ਗੱਲ ਹੋਰ ਗੱਲਾਂ ਦੀ ਹੈਗੀ, ਸੂਲਾਂ ਦੀ, ਮਿਨਿਸਟਰੀ ਦੀ ਗੱਲ ਨਹੀਂ ਹੈਗੀ ਕੋਈ। ਮਿਨਿਸਟਰੀ ਤਾਂ ਜਦੋਂ ਆਪਣਾ ਉਹਨਾਂ ਨਾਲ ਸਮਝੌਤਾ ਰਲ ਕੇ ਬਣਦੀਆਂ, ਸਰਕਾਰਾਂ ਇੱਥੇ ਅਸੀਂ ਉਹਨਾਂ ਨੂੰ ਵੀ ਦਿੰਦੇ ਹੁੰਦੇ ਹਾਂ, ਉਹ ਉੱਥੇ ਸਾਨੂੰ ਵੀ ਦੇ ਦਿੰਦੇ ਆ, ਤਾਂ ਵੰਡ ਕੇ ਚੱਲਦਾ ਰਹਿੰਦਾ ਕੰਮ। ਤਕਲੀਫ ਉਦੋਂ ਵੇਖੋ, ਹਾਲਾਤ ਹੀ ਇਹੋ ਜਿਹੇ ਸੀ, 80 ਤੋਂ 97 ਤਾਂ ਹੀ ਅਸੀਂ ਵੀ ਬਾਦਲ ਸਾਹਿਬ ਦੇ ਨਾਲ ਹੀ ਰਹੇ ਹਾਂ ਤਕਲੀਫ ਦੇ ਵਿੱਚ ਸਾਰੇ ਟਾਈਮ। 17 ਸਾਲ ਕੱਢਣੇ, ਤੁਹਾਡੀ ਗੱਲ ਠੀਕ ਹੈ ਕਿ ਬੜਾ ਔਖਾ ਸਮਾਂ ਹੁੰਦਾ, ਇੰਨਾ ਲੰਮਾ ਸਮਾਂ, ਹੁਣ ਥੋੜ੍ਹੀ ਥੋੜ੍ਹੀ 5 ਸਾਲਾਂ ਬਾਅਦ ਹੀ ਭੱਜਣ ਲੱਗ ਜਾਂਦੇ ਲੋਕ, ਜਿਵੇਂ ਸਾਡੇ 'ਚ ਵੀ ਭੱਜ ਗਏ, ਕਾਂਗਰਸ 'ਚੋਂ ਵੀ ਭੱਜਣ ਲੱਗ ਗਏ ਸੀ, ਅਤੇ ਉਹ ਔਖਾ ਬਹੁਤ ਹੁੰਦਾ, BJP 'ਚ ਵੀ ਭੱਜੀ ਜਾਂਦੇ ਆ, ਅਤੇ ਪਰ ਔਖੇ ਵੇਲੇ ਜਿਹੜੇ ਬੰਦੇ ਕੱਢਦੇ ਆ ਅਸਲ ਬੰਦੇ ਉਹੀ
ਅਸੀਂ ਜਿੱਤ ਸਕਦੇ ਹਾਂ ਕਿਉਂ ਨਹੀਂ ਜਿੱਤ ਸਕਦੇ? ਅਕਾਲੀ ਦਲ ਮੈਂ ਤਾਂ ਆਪ ਹਾਂ ਨਾ ਵੀ ਇਕੱਲਾ ਵੀ ਜਿੱਤ ਸਕਦਾ ਕੋਈ ਇਹ ਅੱਗੇ ਇੱਕ ਵਾਰੀ ਜਿੱਤੇ ਵੀ ਹਾਂ ਦੋ ਵਾਰੀ ਆਪਾਂ ਇਹ ਨਹੀਂ ਹੈਗੀ ਕਿ ਨਹੀਂ ਹੁਣ ਵੀ ਜਿੱਤ ਸਕਦੇ ਹਾਂ ਤਕੜਾ ਹੋ ਕੇ ਅਕਾਲੀ ਦਲ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਮਝੌਤਾ ਕੋਈ ਮਾੜੀ ਚੀਜ਼ ਨਹੀਂ ਹੁੰਦਾ ਵੈਸੇ ਵੀ ਫਾਇਦਾ ਸਮਝੌਤੇ ਦਾ ਪਰ ਨਹੀਂ ਤਾਂ ਫਿਰ ਤਕੜੇ ਹੋ ਕੇ ਇਕੱਲਿਆਂ ਨੂੰ ਵੀ ਲੜਨਾ ਚਾਹੀਦਾ ਆਪਦਾ ਪੂਰਾ ਚੰਗੇ ਬੰਦਿਆਂ ਨੂੰ ਟਿਕਟਾਂ ਦੇ ਕੇ ਜਿਹਨਾਂ ਨੂੰ ਲੋਕ ਚਾਹੁੰਦੇ ਆ ਜਾਂ ਜਿਹਨਾਂ ਨੂੰ ਹਲਕੇ ਦੇ ਲੋਕ ਚਾਹੁੰਦੇ ਆ ਧੱਕੇ ਨਾਲ ਟਿਕਟਾਂ ਨਾ ਦੇ ਗਈ ਅਸੀਂ ਹਲਕਿਆਂ 'ਚ ਆਪਣੇ ਲਿਹਾਜ਼ ਵਾਲਿਆਂ ਨੂੰ ਜਾਂ ਐਵੇਂ ਮੂੰਹ ਮਲਾਜੇ ਕਰਕੇ ਜਾਂ ਕਿਸੇ ਦੀਆਂ ਫੋਕੀਆਂ ਸਿਫਾਰਿਸ਼ਾਂ ਕਰਕੇ ਜਿਹੜੇ ਵਰਕਰ ਚੰਗੇ ਨੇ ਜਿਹਨਾਂ ਨੂੰ ਹਲਕੇ ਦੇ ਲੋਕ ਚਾਹੁੰਦੇ ਆ ਉਹਨਾਂ ਨੂੰ ਟਿਕਟਾਂ ਦੇ ਦਈਏ ਮੈਨੂੰ ਲੱਗਦਾ ਇਕੱਲਿਆਂ ਦੀ ਵੀ ਸਰਕਾਰ ਬਣ ਜੂਗੀ ਕੋਈ ਇਹੋ ਜਿਹੀ ਗੱਲ। ਇਹ ਸਮਝੌਤੇ ਵਾਲੀ ਤੁਹਾਡੀ ਨਿੱਜੀ ਰਾਏ ਹੈ ਕਿ ਪਾਰਟੀ 'ਚ ਚੱਲ ਰਹੀ ਹੈ ਗੱਲ? ਸਮਝੌਤੇ ਦਾ ਤਾਂ ਹਲੇ ਕੋਈ ਏਜੰਡਾ ਮੇਰੀ ਸਮਝ ਦੇ ਵਿੱਚ ਕੋਈ ਹੈ ਨਹੀਂ ਗੱਲ ਕੋਈ ਚੱਲ ਨਹੀਂ ਰਹੀ ਪਰ ਜਿਹੜੀ ਤੁਸੀਂ ਇੱਕ ਗੱਲ ਦੱਸਦੀ ਨਾ ਜਿਹੜੀ ਉਹ ਗੱਲਾਂ ਚਲਾ ਆਉਂਦੇ ਆ ਬੀਜੇਪੀ ਵਾਲੇ ਉਹ ਜਿਵੇਂ ਕਹਿੰਦੇ ਜੀ ਵੱਡਾ ਭਾਈ ਹੁਣ ਬੀਜੇਪੀ ਹੋਏਗੀ ਪੰਜਾਬ 'ਚ ਕਦੇ ਵੀ ਬੀਜੇਪੀ ਵੱਡਾ ਭਰਾ ਨਹੀਂ ਹੋਊਗੀ ਕਦੇ ਵੀ ਦਿੱਲੀ ਵੱਡਾ ਭਰਾ ਸਾਡੀ ਹੈਗੀ ਆ ਰਹੂਗੀ ਪੰਜਾਬ 'ਚ ਨਹੀਂ ਹੋਊ ਪੰਜਾਬ 'ਚ ਅਕਾਲੀ ਦਲ ਹੀ ਵੱਡਾ ਭਰਾ ਹੋਊਗਾ ਸਮਝੌਤਾ ਬੀਜੇਪੀ ਕਰਨਾ ਕਰੇ ਨਹੀਂ ਕਰਨਾ ਨਾ ਕਰੇ ਕੋਈ ਜ਼ਰੂਰੀ ਨਹੀਂ ਹੈਗਾ ਸੋ ਵੱਡਾ ਭਰਾ ਤਾਂ ਉਹਨਾਂ ਨੂੰ ਅਸੀਂ ਇੱਥੇ ਕਦੇ ਵੀ ਨਹੀਂ ਮੰਨਾਂਗੇ ਇਹ ਲਾਲਚ ਸਰਕਾਰ ਦੇ ਲਾਲਚ ਦੀ ਖਾਤਰ ਅਸੀਂ ਉਹਨਾਂ ਨੂੰ ਵੱਡਾ ਭਰਾ ਮੰਨਾਂਗੇ ਬਿਲਕੁਲ ਨਹੀਂ ਮੰਨਾਂਗੇ। ਕੀ ਮੇਰਾ ਲਾਸਟ ਸਵਾਲ ਹੈ ਕੀ ਅਕਾਲੀ ਦਲ ਦੇ ਲੀਡਰ ਕੋਈ ਕੁਰਬਾਨੀ ਦੇਣ ਨੂੰ ਤਿਆਰ ਹੈ ਖਾਸ ਕਰਕੇ ਜੇ ਪੂਰਾ ਸਟੈਂਡ ਹੀ ਲੈਣਾ ਪਏਗਾ ਕਿਉਂਕਿ ਪਾਣੀ ਵਾਲਾ ਮਸਲਾ SYL ਨੂੰ ਲੈ ਕੇ? ਨਹੀਂ ਅਕਾਲੀ ਦਲ ਤੇ ਇਕੱਲੇ ਤੇ ਤੁਸੀਂ ਕਿਉਂ ਜ਼ਿੰਮੇਵਾਰੀ ਪਾਉਂਦੇ ਸਾਰੇ ਪੰਜਾਬ ਦੇ ਲੋਕਾਂ ਦੀ ਡਿਊਟੀ ਨਹੀਂ ਜੇ ਅੰਨ ਖਾਣਾ ਸਾਰੇ ਪੰਜਾਬ ਨੇ ਖਾਣਾ ਜੇ ਫਾਇਦਾ ਹੋਣਾ ਤਾਂ ਸਾਰੇ ਪੰਜਾਬ ਨੂੰ ਹੋਣਾ ਨੁਕਸਾਨ ਹੋਣਾ ਤਾਂ ਸਾਰੇ ਪੰਜਾਬ ਨੂੰ ਹੋਣਾ ਸਾਰੇ ਪੰਜਾਬੀਆਂ ਦੀ ਕਿਉਂ ਨਹੀਂ ਗੱਲ ਇਹਨੂੰ ਕਰੀਏ ਆਪਾਂ ਇਕੱਲੇ ਆਪਾਂ ਸਿੱਖਾਂ ਨਾਲ ਕਿਉਂ ਜੋੜੀਏ? ਪਰ ਪੰਜਾਬ ਦੇ ਵਿੱਚ ਜਿੰਨੇ ਲੋਕ ਬੈਠੇ ਨੇ ਜਾਂ ਦੇਸ਼ਾਂ ਵਿਦੇਸ਼ਾਂ ਉਹ ਕਹਿੰਦੇ ਵੀ ਖੇਤਰੀ ਪਾਰਟੀ ਤੇ ਨਿਗਾਹ ਮੈਂ ਕਹਿੰਦਾ ਠੀਕ ਹੈ ਖੇਤਰੀ ਪਾਰਟੀ ਆਪਾਂ ਬਸ ਹੀ ਤਿਆਰ ਆ ਹਰ ਲੜਾਈ ਲੜਨ ਨੂੰ ਪਰ ਲੋਕਾਂ ਦਾ ਸਾਥ ਤਾਂ ਸਾਨੂੰ ਦੇਣਾ ਆਉਣਾ ਪਊਗਾ ਨਾ ਨਾਲ ਲੋਕਾਂ ਨੂੰ ਲੋਕ ਸਾਡੇ ਨਾਲ ਅਸੀਂ ਤਿਆਰ ਆ ਹਰ ਲੜਾਈ ਲੜਨ ਨੂੰ ਪਰ ਮੈਂ ਤਾਂ ਕਹਿੰਦਾ ਪੰਜਾਬੀ ਕਿਉਂ ਨਹੀਂ ਲੜਾਈ ਲੜਦੇ ਸਾਰੇ ਇਕੱਠੇ ਹੋ ਕੇ ਇਹ ਤਾਂ ਸਾਰੇ ਪੰਜਾਬ ਦਾ ਮਸਲਾ ਯਾਰ ਜ਼ਿੰਦਗੀ ਮੌਤ ਦਾ ਮਸਲਾ ਵੇਖੋ ਪਾਣੀ ਕਿੰਨਾ ਡੂੰਘਾ ਥੱਲੇ ਚਲਿਆ ਗਿਆ 75% ਪਾਣੀ ਹੁਣ ਵੀ ਟੂਵੈਲਾਂ ਨਾਲ ਲੱਗਦਾ ਖੇਤੀ ਨੂੰ ਆਪਣੇ ਪਾਣੀ ਪਹਿਲਾਂ ਹੀ ਹੈ ਨਹੀਂ ਪੰਜਾਬ ਕੋਲੇ ਕਿੰਨੀ ਬਿਜਲੀ ਖਰਚ ਹੁੰਦੀ ਹੈ ਝੋਨੇ ਵੇਲੇ ਆਪਣੀ ਉਹ ਸਾਰੀਆਂ ਗੱਲਾਂ ਦਾ ਨੁਕਸਾਨ ਹੋ ਰਿਹਾ ਆਪਣਾ ਬਹੁਤ ਵੱਡਾ ਇਹ ਸਾਰੇ ਪੰਜਾਬੀ ਕਿਉਂ ਨਹੀਂ ਇਕੱਠੇ ਹੋ ਕੇ ਕੰਮ 'ਚ ਕਰਦੇ ਜੇ ਆਪਣੇ ਕੋਲ ਬਿਜਲੀ ਵਾਧੂ ਹੋ ਜੇ ਝੋਨੇ ਤੋਂ ਖਿਹੜਾ ਛੁੱਟ ਜੇ ਅਤੇ ਪਾਣੀ ਵਾਧੂ ਹੋਵੇ ਨਹਿਰ ਦਾ ਟੂਵੈਲਾਂ ਦੀ ਖਿਹੜਾ ਛੁੱਟ ਜੇ ਅਤੇ ਕਿੰਨਾ ਤਾਂ ਬਿਜਲੀ ਦਾ ਹੀ ਪੈਸਾ ਵੱਧ ਜੂਗਾ 5-6 ਹਜ਼ਾਰ ਕਰੋੜ ਤਾਂ ਸਾਲ ਦਾ ਵਾਧਾ ਕਰੂਗਾ ਆਪਣੇ ਬਿਜਲੀ ਦਾ ਜਿਹੜਾ ਆਪਾਂ ਬਿਜਲੀ ਵਾਧੂ ਹੋ ਜੂਗੀ ਆਪਣੇ ਕੋਲ ਸੋ ਇਹ ਸਾਰੇ ਪੰਜਾਬੀਆਂ ਨੂੰ ਲੜਾਈ ਲੜਨੀ ਚਾਹੀਦੀ ਹੈ ਅਕਾਲੀ ਦਲ ਮੂਹਰੇ ਲਾ ਕੇ ਲੜਨ ਨੂੰ ਤਿਆਰ ਹੈ ਕੋਈ ਪ੍ਰੋਬਲਮ ਨਹੀਂ। ਜੀ ਮਲੂਕਾ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜੀ ਆਇਆਂ ਨੂੰ ਜੀ ਗੱਲਾਂ ਬਾਤਾਂ ਕੀਤੀਆਂ। ਇਹ ਸੀ ਸੀਨੀਅਰ ਲੀਡਰ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਚਲੰਤ ਮਾਮਲਿਆਂ ਦੇ ਉੱਤੇ ਇਹਨਾਂ ਨਾਲ ਗੱਲਬਾਤ ਹੋਈ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸਿਆਸੀ ਆਗੂ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟਾਕ ਵਿਦ ਰਤਨ। ਧੰਨਵਾਦ ਜੀ।